ਕਿਵੇਂ ਦੇ ਘਰ 'ਚ ਤੂੰ ਆ ਗਈ ਆ, ਕਿੱਥੇ ਤੂੰ ਕਿੱਦਾਂ ਸੀ, ਹੈ ਨਾ, ਇਹ ਕਿੱਥੇ ਗਰੀਬ ਜਿਹਾ, ਇਹਦੇ ਕੋਲ ਕੀ ਆ, ਹੈ ਨਾ, ਇੱਕ ਸਾਈਕਲ ਤੱਕ ਤਾਂ ਇਹਦੇ ਕੋਲ ਨਹੀਂ ਹੈਗਾ, ਅਤੇ ਕਿਵੇਂ ਦਾ ਸ਼ਕਲ ਕਿੱਦਾਂ ਦੀ ਹੈ ਇਹਦੀ, ਠੀਕ ਆ, ਅਤੇ ਤੂੰ ਕਿੰਨੀ ਸੋਹਣੀ ਸੁਨੱਖੀ ਆ। ਲੋਕਾਂ ਨੇ ਬਹੁਤ ਗੱਲਾਂ ਕਰਨੀਆਂ ਵੀ ਇਹ ਤਾਂ ਭਾਂਡੇ ਮਾਂਜਦਾ, ਕੱਪੜੇ ਧੋਂਦਾ ਆ, ਠੀਕ ਆ, ਧੰਨੇ ਲੱਗਾ ਹੋਇਆ ਇਹ ਤੀਵੀਂ ਦੇ ਧਨੇ ਲੱਗਾ, ਉਹਦੇ ਭਾਂਡੇ ਮਾਂਜਦਾ, ਕੱਪੜੇ ਵੀ ਧੋਂਦਾ ਆ, ਇਹ ਆਪ ਕੰਮ ਤੀਵੀਂ ਤੋਂ ਕੰਮ ਕਰਾਉਂਦਾ, ਆਪ ਬਹਿ ਕੇ ਘਰ ਦੇ ਕੰਮ ਕਰਦਾ, ਮਤਲਬ ਸਮਝਦੇ ਨਹੀਂ ਹੈਗੇ ਫੇਕ ਹੀ ਹੋਇਆ ਨਾ। ਮੈਨੂੰ ਇੰਨੀ ਖੋਲ੍ਹ ਦਿੱਤੀ ਹੋਈ ਆ, ਘਰ ਦੇ ਕੰਮ ਵੀ ਕਰ ਲਿਆ ਕਰੋ, ਅਤੇ ਨੱਚਦੀ ਆ, ਨੱਚ ਕੇ ਆਪਣਾ ਘਰ ਚਲਾਉਂਦੀ ਆ, ਐਵੇਂ ਦੇ ਕਮੈਂਟ ਆਉਂਦੇ ਹੁੰਦੇ ਸੀ ਕਾਫੀ ਜ਼ਿਆਦਾ। ਅਤੇ ਇਹਦੀ ਸ਼ਕਲ ਕਿਵੇਂ ਦੀ ਆ, ਮਤਲਬ ਰੰਗ ਰੂਪ 'ਤੇ ਲੋਕ ਬਹੁਤ ਕਮੈਂਟ ਕਰਦੇ ਹੁੰਦੇ ਸੀਗੇ, ਮੇਰਾ ਨਾਂ ਲੈ ਕੇ ਲੋਕਾਂ ਨੇ ਜਾਣ ਕੇ ਕਮੈਂਟ ਕਰਨਾ, ਹੈ ਨਾ, ਅਤੇ ਬਟ ਆਪਾਂ ਹਿੰਮਤ ਨਹੀਂ ਛੱਡੀ, ਦੋਨੇ ਇੱਕ ਕੰਮ ਕਰਕੇ ਆਪਣਾ ਜੋੜ ਰਹੇ ਸੀ, ਕਮਾ ਰਹੇ ਸੀ ਕਿ ਇੰਨੇ ਜੋਗੇ ਹੋਵਾਂਗੇ, ਕੁਛ ਕਰਾਂਗੇ, ਸ਼ੌਂਕ ਪਗਾਵਾਂਗੇ ਆਪਣੇ। ਉਦੋਂ ਨਹੀਂ ਸੀ ਸਾਡੇ ਕੋਲ ਸਿੱਧੀ ਜੀ ਗੱਲ, ਉਦੋਂ ਕੁਛ ਵੀ ਨਹੀਂ ਸੀਗਾ, ਗਰੀਬ ਸੀਗਾ, ਉਦੋਂ ਕਹਿੰਦੇ ਹਾਏ 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 ਗਰੀਬ ਦੇ ਘਰ ਆ ਗਈ, ਇੱਦਾਂ ਆ ਗਈ, ਕਿਵੇਂ ਰੱਖ ਦੂੰਗਾ ਇਹਨੂੰ, ਕਿਵੇਂ ਪਾਲੂੰਗਾ, ਹੈ ਨਾ, ਠੀਕ ਆ, ਇੰਨੀ ਸੋਹਣੀ ਸੁਨੱਖੀ ਕੁੜੀ ਆ ਜਾਂ ਕਿੱਦਾਂ ਆ, ਹੈ ਨਾ, ਵੀ ਹੁਣ ਜਦੋਂ ਚਾਰ ਪੈਸੇ ਆਏ ਉਦੋਂ ਵੀ ਲੋਕ ਗੱਲਾਂ ਕਰਦੇ, ਇਹ ਤਾਂ ਬਲੈਕ ਕਰਦਾ ਆ, ਠੀਕ ਆ, ਇਹ ਤਾਂ ਚਿੱਟਾ ਵੇਚਦਾ, ਕਈਆਂ ਨੇ ਇਹ ਵੀ ਸਿੱਧਾ ਕਿਹਾ ਸ਼ਰੇਆਮ ਲੋਕਾਂ ਨੇ, ਕਈਆਂ ਨੇ ਕਮੈਂਟ ਕਰਕੇ ਇਹਦਾ ਚਿੱਟਾ ਵੇਚਦਾ। ਇੱਕ ਬਲੌਗ ਸੀ ਸਾਡਾ, ਖੀਰ ਰਾਤ ਦੇ 3 ਵਜੇ ਖੀਰ ਬਣਾ ਕੇ ਖਾਣ ਲੱਗੇ ਸੀ, ਅਤੇ ਉਹ ਭਾਂਡਾ ਕੁਛ ਇੱਦਾਂ ਦਾ ਸੀ ਕਿ ਮਤਲਬ ਲੱਗ ਰਿਹਾ ਸੀ ਕਿ ਜ਼ਿਆਦਾ ਮਤਲਬ ਹਾਲਤ ਖਰਾਬ ਸੀ ਭਾਂਡੇ ਦੀ, ਅਤੇ ਕਿਸੇ ਨੇ ਕਮੈਂਟ ਕਰਿਆ ਵੀ ਇਸ ਤੋਂ ਚੰਗੇ ਭਾਂਡੇ ਤਾਂ ਕਹਿੰਦੇ ਬੈਗਰਸ ਕੋਲ ਹੁੰਦੇ ਆ, ਐਵੇਂ ਜਿਵੇਂ ਜਿਵੇਂ ਕਮੈਂਟ ਕਰਿਆ ਤੁਹਾਨੂੰ ਮੈਂ ਦੱਸ ਰਿਹਾ ਕਿ ਇਸ ਤੋਂ ਚੰਗੇ ਭਾਂਡੇ ਤਾਂ ਬੈਗਰਸ ਕੋਲ ਹੁੰਦੇ ਆ, ਅਤੇ ਕਿੱਦਾਂ ਜੇ ਗਰੀਬ ਜੇ ਕਹਿੰਦੇ ਨਾ ਬਲੌਗਿੰਗ ਤੋਂ ਛੱਡ ਕੇ ਕਹਿੰਦੇ ਕਦੀ ਭਾਂਡੇ ਵੀ ਲਿਆਓ ਘਰ ਦੇ ਆਪਣੇ, ਠੀਕ ਆ, ਅਤੇ ਮੈਂ ਕਿਹਾ ਅੱਗੇ ਲੋਕ ਕੁਛ ਦੇਖ ਕੇ ਜੱਜ ਕਰਦੇ ਹੁੰਦੇ ਸੀ, ਹੁਣ ਭਾਂਡੇ ਦੇਖ ਕੇ ਜੱਜ ਕਰਨਾ ਸ਼ੁਰੂ ਕਰਤਾ ਲੋਕਾਂ ਨੇ, ਅਸੀਂ ਗਰੀਬ ਬੰਦੇ ਹਾਂ, ਮੈਂ ਕਿਹਾ ਸਾਡੇ ਪਰਿਵਾਰਾਂ ਦੇ ਵਿੱਚ ਗਰੀਬ ਘਰਾਂ ਦੇ ਵਿੱਚ ਮੈਂ ਕਿਹਾ ਦਾਦੇ ਪੜਦਾਦਿਆਂ ਨੇ ਟਾਈਮ 'ਤੇ ਅਸੀਂ ਭਾਂਡੇ ਸਾਂਭ ਕੇ ਰੱਖੇ ਹੁੰਦੇ ਆ, ਅਤੇ ਮੈਂ ਕਿਹਾ ਉਹੀ ਵਰਤ ਰਹੇ ਹਾਂ, ਠੀਕ ਆ, ਮੈਂ ਕਿਹਾ ਅਸੀਂ ਨਹੀਂ ਹੈਗੇ ਇੰਨੇ ਯੋਗੇ ਕਿ ਅਸੀਂ ਆਪਣੇ ਖਰਾਬ ਭਾਂਡੇ ਸੁੱਟ ਦਈਏ, ਅਸੀਂ ਤਾਂ ਮੈਂ ਕਿਹਾ ਜੀ ਵਰਤਾਂਗੇ ਇੱਥੇ। ਕਈਆਂ ਦੇ ਰਿਪਲਾਈ ਇੰਨੇ ਜ਼ਿਆਦਾ ਸੋਰੀ ਕਮੈਂਟ ਇੰਨੇ ਜ਼ਿਆਦਾ ਗੰਦੇ ਹੁੰਦੇ ਆ ਕਿ ਦੇਖ ਕੇ ਇੱਦਾਂ ਹੋ ਜਾਂਦੇ ਯਾਰ, ਮਤਲਬ ਕਿੱਦਾਂ ਦੇ ਲੋਕ ਆ, ਮਤਲਬ ਕਿ ਸੋਚਦੇ ਨਹੀਂ ਕੁਛ ਕਮੈਂਟ ਕਰਨ ਵੇਲੇ ਕਿ ਅਗਲੇ ਬੰਦੇ ਨੂੰ ਕਿੰਨਾ ਹਰਟ ਹੋਊਗਾ, ਕਈ ਵਾਰ ਹੋ ਜਾਂਦਾ ਬਹੁਤ ਜ਼ਿਆਦਾ, ਫਿਰ ਮਨ ਨਹੀਂ ਕਰਦਾ ਕਿ ਕੰਮ ਆਪਣਾ ਛੱਡ ਦੇਈਏ ਜਾਂ ਫਿਰ ਇੱਦਾਂ ਬਹੁਤ ਇੱਦਾਂ ਹੁੰਦਾ ਦਿਲ ਵਿੱਚ, ਹੈ ਨਾ, ਤਾਂ ਕਰਕੇ, ਬਟ ਆਪਾਂ ਪੋਜ਼ਿਟਿਵ ਰਹੀਦਾ, ਕੋਈ ਚੱਕਰ ਨਹੀਂ, ਕਰਨਾ ਹੀ ਪੈਣਾ, ਹੁਣ ਸੁਣਨੀਆਂ ਪੈਣੀਆਂ ਗੱਲਾਂ ਉਹਨਾਂ ਦੀਆਂ ਵੀ। ਜਦੋਂ ਇਹ ਆਏ ਆ ਵਿਆਹ ਕੇ ਅਤੇ ਬਹੁਤ ਜ਼ਿਆਦਾ ਮੰਦੀ ਹਾਲਤ ਸੀ, ਤੁਹਾਨੂੰ ਪਤਾ ਜਿਵੇਂ ਇਹਨਾਂ ਨੇ ਦੱਸਿਆ ਕਿ ਸਾਰਿਆਂ ਦੀ ਸੀ ਮੋਸਟਲੀ, ਹੈ ਨਾ, ਅਤੇ ਜਦੋਂ ਲੋਕਡਾਊਨ ਲੱਗਾ ਕੁਛ ਵੀ ਨਹੀਂ ਸੀਗਾ ਕੋਲ, ਕੋਈ ਕੱਪੜਾ ਵੀ ਨਹੀਂ ਸੀਗਾ, ਮਤਲਬ ਮੈਨੂੰ ਯਾਦ ਆ ਕਿ 2 ਸੂਟ ਸੀਗੇ ਬਸ, ਵਿਚਾਰੇ ਉਹੀ ਪਾਉਂਦੇ ਹੁੰਦੇ ਸੀਗੇ, ਹਾਂਜੀ 2-3 ਸੂਟ ਸੀਗੇ, ਅਤੇ ਮੇਰੀ ਸਿਸਟਰ ਆ ਉਹਦੇ ਸੂਟ ਪਾਉਂਦੇ ਹੁੰਦੇ ਸੀਗੇ, ਆਪ ਦਾ ਕੋਈ ਨਹੀਂ ਸੀਗਾ ਇਹਨਾਂ ਦੇ ਕੋਲ, ਕਿਉਂਕਿ ਜਦੋਂ ਹਾਂ ਨਾ ਕਦੀ ਮੰਗਿਆ, ਕਿਉਂਕਿ ਵਿਆਹੀ ਕੁੜੀ ਜਦੋਂ ਆਉਂਦੀ ਨਵੇਂ ਨਵੇਂ ਸੂਟ ਲੈ ਕੇ ਆਉਂਦੀ ਆ, ਹੈ ਨਾ, ਨਵੇਂ ਨਵੇਂ ਸੂਟ ਸਮਾ ਕੇ ਦਿੰਦੇ ਆ, ਉਹਨੂੰ ਕਿੰਨਾ ਚਾਅ ਹੁੰਦਾ ਹਰ ਇੱਕ ਚੀਜ਼ ਸੁਰਖੀ ਬਿੰਦੀ ਲਾਉਣ ਦਾ, ਹੈ ਨਾ, ਅਤੇ ਪਰ ਕੁਛ ਵੀ ਨਹੀਂ ਸੀਗਾ ਕੋਲ, ਮੈਨੂੰ ਯਾਦ ਆ ਕੁਛ ਵੀ ਨਹੀਂ ਸੀਗਾ ਕੋਲ ਉਹਦਾ। ਗੱਲਾਂ ਯਾਦ ਕਰਕੇ ਨਾ ਥੋੜ੍ਹਾ ਜਿਹਾ ਹੋ ਜਾਂਦਾ, ਕਿਉਂਕਿ ਹੁਣ ਆਪਾਂ ਕਦੀ ਤਾਂ ਸੋਚਿਆ ਨਹੀਂ ਪੋਜ਼ਿਟਿਵ ਰਹਿਣ ਦਾ, ਪੋਜ਼ਿਟਿਵ ਰਹਿਣ ਦਾ ਬਹੁਤ ਜ਼ਿਆਦਾ ਟਰਾਈ ਕਰੀਦਾ, ਲੇਕਿਨ ਜਦੋਂ ਸੋਚੀਦਾ ਫਿਰ ਰੋਣਾ ਨਿਕਲ ਜਾਂਦਾ ਖੁਦ ਦਾ, ਮੈਂ ਕਿੱਦਾਂ ਦਾ ਟਾਈਮ ਦੇਖਿਆ ਹੋਇਆ ਆ। ਜਨਾਨੀ ਨੂੰ ਅੱਗੇ ਕਰਤਾ, ਜਨਾਨੀ ਦੇ ਸਿਰ ਤੋਂ ਪੈਸੇ ਖਾਂਦਾ, ਫਿਰ ਉਹ ਚੀਜ਼ਾਂ ਬੁਰੀਆਂ ਲੱਗਦੀਆਂ ਨੇ? ਬਿਲਕੁਲ, ਤੁਹਾਨੂੰ ਕੋਈ ਬੁਰਾ ਕਹੂੰਗਾ ਤਾਂ ਬਿਲਕੁਲ ਬੰਦੇ ਨੂੰ ਫੀਲ ਤਾਂ ਹੋਣਾ, ਚਾਹੇ ਆਪਾਂ ਸ਼ੋਅ ਨਾ ਕਰੀਏ, ਫੇਸ ਆਪਣੇ ਸਾਰੇ ਸਮਾਈਲ ਰੱਖੀਏ, ਪਰ ਕਿਤੇ ਨਾ ਕਿਤੇ ਗੱਲ ਦਿਲ 'ਤੇ ਉਹ ਲੱਗਦੀ ਹੀ ਲੱਗਦੀ ਆ, ਹੈ ਨਾ। ਚਲੋ ਉਹਨਾਂ ਦੀ ਥਿੰਕਿੰਗ ਆ ਆਪਣੀ, ਉਹ ਬੁਰਾ ਬੋਲਦੇ ਆ, ਕੁਛ ਕੁ ਇੱਦਾਂ ਦੇ ਰੋਸਟਰਸ ਆ ਜਿਹੜੇ ਬੋਲਣ ਲੱਗੇ ਵੀ ਨਹੀਂ ਦੇਖਦੇ ਕਿ ਬੰਦੇ ਦਾ ਬੈਕਗਰਾਊਂਡ ਕੀ ਰਿਹਾ ਹੋਊਗਾ, ਸੋਚਦੇ ਵੀ ਨਹੀਂ ਕਿ ਲੋਕਾਂ ਅੱਗੇ ਬੰਦੇ ਦੀ ਇਮੇਜ ਇੱਦਾਂ ਦੀ ਬਣਾਉਂਦੇ ਆ ਵੀ ਲੋਕ ਵੀ ਉਹਨਾਂ ਪਿੱਛੇ ਲੱਗ ਕੇ ਆ ਕੇ ਫਿਰ ਕਮੈਂਟ ਕਰਦੇ ਆ, ਹੈ ਨਾ, 10 ਸੈਕਿੰਡ ਦੀ ਜਾਂ ਫਿਰ 10 ਮਿੰਟ ਦੀ ਵੀਡੀਓ ਦੇਖ ਕੇ ਜੱਜ ਲਾ ਲੈਂਦੇ, ਹੈ ਨਾ, ਕਿ ਮਤਲਬ ਦੇਖਣ ਸੋਚਦੇ ਨਹੀਂ ਹੈਗੇ ਰੋਸਟਰ ਬੋਲਣ ਵੇਲੇ ਕਿ ਆਪਾਂ ਕੀ ਬੋਲਣਾ, ਕਿਸੇ ਨੂੰ ਕੀ ਨਹੀਂ ਬੋਲਣਾ। ਕੋਈ ਕਈ ਲੋਕ ਵੀ ਕਮੈਂਟ ਕਰਦੇ ਕਿ ਤੂੰ ਬਹੁਤ ਲੱਕੀ ਆ, ਤੈਨੂੰ ਇੰਨੀ ਸੋਹਣੀ ਕੁੜੀ ਮਿਲੀ ਆ, ਹੈ ਨਾ, ਤੂੰ ਕਿੱਦਾਂ ਦਾ, ਤੈਨੂੰ ਕਿੰਨੀ ਸੋਹਣੀ ਵਾਈਫ ਮਿਲੀ ਆ। ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਸੋਹਣੀ ਮਿਲੀ ਆ, ਚਲੋ ਸੋਹਣੀ ਸੁਨੱਖੀ ਪਰਮਾਤਮਾ ਨੇ ਨਾ ਰੰਗ ਰੂਪ ਦਿੱਤਾ, ਠੀਕ ਆ,
ਬਹੁਤ ਲੋਕਾਂ ਨੂੰ ਪਰਮਾਤਮਾ ਨੇ ਰੰਗ ਰੂਪ ਦਿੱਤਾ, ਪਰ ਦਿਲ ਚੰਗਾ ਹੋਣਾ ਬਹੁਤ ਸਾਰਾ ਜ਼ਰੂਰੀ ਆ ਬੰਦੇ ਦਾ, ਹੈ ਨਾ। ਜੇ ਤੁਹਾਡਾ ਦਿਲ ਨਾ ਚੰਗਾ, ਤੁਹਾਡਾ ਕਦੀ ਨਿਭ ਨਹੀਂ ਸਕਦੀ। ਰੰਗ ਰੂਪ ਨੂੰ ਬੰਦਾ ਕਿੰਨਾ ਟਾਈਮ ਦੇਖ ਲੂੰਗਾ, ਇੱਕ ਦਿਨ, ਦੋ ਦਿਨ, ਚਾਰ ਦਿਨ, ਮਹੀਨਾ, ਦੋ ਮਹੀਨੇ, ਕਿੰਨੂ ਤੱਕ ਕਿੰਨਾ ਦੇਖ ਲੂੰਗਾ, ਹੈ ਨਾ। ਪਰ ਦਿਲ ਇੱਦਾਂ ਦੀ ਚੀਜ਼ ਆ, ਅੰਡਰਸਟੈਂਡਿੰਗ ਇੱਦਾਂ ਦੀ ਚੀਜ਼ ਆ, ਬੰਦੇ ਦੀ ਸਾਰੀ ਜ਼ਿੰਦਗੀ ਨਿਭ ਜਾਂਦੀ। ਕੋਈ ਪਤਾ ਵੀ ਨਹੀਂ ਲੱਗਦਾ, ਤੁਹਾਨੂੰ ਦੱਸਿਆ ਨਾ, 8.5 ਲੰਘ ਗਏ, ਸਾਨੂੰ ਪਤਾ ਨਹੀਂ ਲੱਗਾ ਕਿ ਕਦੋਂ ਨਿਕਲ ਗਏ। ਤੁਹਾਡੀ 17-18 ਸਾਲ ਦੀ ਉਮਰ ਹੁੰਦੀ ਹੈ ਤਾਂ ਫਾਦਰ ਸਾਹਿਬ ਚਲੇ ਜਾਂਦੇ ਆ, ਫਿਰ ਸਾਰੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ 'ਤੇ ਆ ਜਾਂਦੀ ਆ। ਕਿਵੇਂ, ਕੀ ਹਾਲਾਤ ਬਣਦੇ ਨੇ ਉਦੋਂ, ਕਿੱਦਾਂ ਫਾਦਰ ਸਾਹਿਬ ਦੀ ਡੈਥ ਹੁੰਦੀ? ਲੱਤਾਂ ਬਾਹਾਂ ਘੁੱਟ ਰਿਹਾ ਹੁੰਦਾ ਅਚਾਨਕ, ਅਤੇ ਪਤਾ ਨਹੀਂ ਲੱਗਦਾ ਕਦੋਂ ਸਾਹ ਛੱਡ ਜਾਂਦੇ ਆਪਣੇ। ਉਹ ਮੈਂ ਬੁਲਾਉਂਦਾ ਉਹਨਾਂ ਨੂੰ ਕਿ ਪਾਪਾ ਉੱਠੋ ਉੱਠੋ ਉੱਠੋ, ਹੈ ਨਾ। ਮੈਨੂੰ ਮਤਲਬ ਇੱਦਾਂ ਸੀ ਕਿ ਪਤਾ ਨਹੀਂ ਕੀ ਹੋ ਗਿਆ ਮੈਨੂੰ, ਮਤਲਬ ਯਕੀਨ ਨਾ ਹੋਵੇ ਮੈਂ ਆਪਣੀ ਅੱਖਾਂ 'ਤੇ, ਮੈਂ ਕੀ ਮਤਲਬ ਸਮਝ ਨਹੀਂ ਆ ਰਿਹਾ ਸੀ ਉਦੋਂ ਕੀ ਹੋ ਗਿਆ ਨਾ ਮੇਰੇ ਨਾਲ। ਅਤੇ ਮੈਂ ਭੱਜਿਆ ਭੱਜਿਆ ਗਿਆ, ਡਾਕਟਰ ਸਾਹਿਬ ਨੂੰ ਬੁਲਾ ਕੇ ਲੈ ਕੇ ਆਇਆ, ਅਤੇ ਜਦੋਂ ਉਹਨਾਂ ਨੇ ਦੱਸਿਆ ਵੀ ਇੱਦਾਂ ਮਤਲਬ ਨਹੀਂ ਰਹੇ, ਹੈ ਨਾ, ਅਤੇ ਇੱਦਾਂ ਲੱਗਾ ਵੀ ਮਤਲਬ ਕੀ ਹੋ ਗਿਆ ਅਚਾਨਕ ਹੀ। ਜਦੋਂ ਮਤਲਬ ਸੰਸਕਾਰ ਕੀਤਾ ਜਾਂਦਾ ਆ, ਉਸ ਤੋਂ ਬਾਅਦ ਜਦੋਂ ਇੱਕ ਪੱਗੜੀ ਰਸਮ ਹੁੰਦੀ ਹੈ ਨਾ, ਅਤੇ ਘਰ 'ਚ ਸਭ ਤੋਂ ਵੱਡਾ ਮੈਂ ਸੀ, ਅਤੇ ਮੇਰੇ ਸਿਰ 'ਤੇ ਰੱਖ ਦਿੰਦੇ ਪੱਗ, ਅਤੇ ਮੈਨੂੰ ਹਰ ਇੱਕ ਬੰਦਾ ਆ ਕੇ ਕਹਿ ਰਿਹਾ ਵੀ ਹੁਣ ਤੂੰ ਹੀ ਸੰਭਾਲਣਾ ਆ, ਵੀ ਘਰ ਦੀ ਜ਼ਿੰਮੇਵਾਰੀ ਤੇਰੇ 'ਤੇ ਆ ਹੁਣ, ਹੈ ਨਾ, ਵੀ ਸਿਆਣਾ ਬਣਨਾ, ਸ਼ੇਰ ਬਣਨਾ, ਹੈ ਨਾ, ਹਰ ਇੱਕ ਬੰਦਾ ਇੱਦਾਂ ਕਹਿ ਰਿਹਾ ਆ ਕੇ, ਹੈ ਨਾ। ਅਤੇ ਮੈਨੂੰ ਸਮਝ ਨਾ ਆਵੇ ਵੀ ਮਤਲਬ ਕੀ ਮਤਲਬ ਆ ਇਹ, ਹੈ ਨਾ, ਕੀ ਆ। ਫਿਰ ਹਾਲਾਤ ਬੰਦੇ ਨੂੰ ਸਮਝਾਈ ਦਿੰਦੇ ਹੁੰਦੇ, ਹੈ ਨਾ, ਲੋਕ ਬਥੇਰਾ ਕੁਛ ਕਹਿੰਦੇ ਹੁੰਦੇ ਆ ਜਦੋਂ ਘਰ ਦੇ ਹਾਲਾਤ ਖਰਾਬ ਹੁੰਦੇ ਆ, ਵੀ ਆਪਣੀ ਮੰਮੀ ਨੂੰ ਵੀ ਕੰਮ 'ਤੇ ਭੇਜਦੇ, ਹੈ ਨਾ, ਨਾਲ ਇੱਥੇ ਸਾਡੇ ਮਤਲਬ ਚੱਲਦੇ ਹੁੰਦੇ ਕੰਮ, ਅੱਗੇ ਸਰਕਾਰੀ ਕਿ ਬੁੜੀਆਂ ਜਾਂਦੀਆਂ ਹੁੰਦੀਆਂ ਸੀ ਕੰਮ ਕਰਨ, ਹੈ ਨਾ। ਸਾਡੇ ਪਾਪਾ ਨੇ ਨਹੀਂ ਕਰੀ, ਸਾਡੀ ਮੰਮੀ ਨੂੰ ਘਰੋਂ ਨਿਕਲਣ ਦਿੱਤਾ ਸੀ, ਅਤੇ ਆਪਾਂ ਵੀ ਪਾਪਾ ਨੇ ਇਹ ਕਿਹਾ ਸੀ ਵੀ ਮੇਰੇ ਜਾਣ ਤੋਂ ਬਾਅਦ ਕਦੀ ਵੀ ਮਾਂ ਆਪਣੀ ਨੂੰ ਨਹੀਂ ਕਿਤੇ ਭੇਜਣਾ ਬਾਹਰ, ਕਦੀ ਵੀ ਨਹੀਂ ਪਾਪਾ ਨੇ ਭੇਜਿਆ ਸੀਗਾ। ਸਾਨੂੰ ਦੋਵਾਂ ਨੂੰ ਵੀ ਨਹੀਂ ਪਤਾ ਲੱਗਾ ਵੀ ਕਦੋਂ ਮਤਲਬ ਦੋਸਤੀ ਪਿਆਰ 'ਚ ਬਦਲ ਗਈ, ਸਾਨੂੰ ਦੋਵਾਂ ਨੂੰ ਨਹੀਂ ਪਤਾ ਲੱਗਾ ਸੀ। ਥੋੜ੍ਹਾ ਜਿਹਾ ਮੇਰੇ ਨੇਚਰ ਵੀ ਇੱਦਾਂ ਦਾ, ਮੈਨੂੰ ਥੋੜ੍ਹਾ ਜਿਹਾ ਫਰੀਡਮ ਵਾਲਾ ਚਾਹੀਦਾ ਸੀ ਕਿ ਮੈਨੂੰ ਮਾਹੌਲ ਕਿ ਜਿਹੜਾ ਮੇਰਾ ਲਾਈਫ ਪਾਰਟਨਰ ਹੋਵੇ ਉਹ ਚੰਗੇ ਹੋਣ, ਬਹੁਤ ਜ਼ਿਆਦਾ ਮੈਂ ਰੋਕ ਟੋਕ ਕਰਨ ਵਾਲੇ ਨਾ ਹੋਣ, ਜੋ ਮੇਰਾ ਡ੍ਰੀਮ ਹੈਗਾ, ਜੋ ਮੇਰਾ ਪ੍ਰੋਫੈਸ਼ਨ ਹੈਗਾ, ਜੋ ਮੈਂ ਕਰਨਾ ਚਾਹੁੰਦੀ ਹਾਂ ਜ਼ਿੰਦਗੀ 'ਚ, ਕੁਛ ਵੀ ਹੋਵੇ ਚਾਹੇ ਉਹ, ਅਤੇ ਉਹਦੇ ਵਿੱਚ ਮੇਰੀ ਸਪੋਰਟ ਕਰਨ, ਕੁਛ ਵੀ ਕਰਾਂ ਮੈਂ, ਤਾਂ ਕਰਕੇ ਫਿਰ ਮੈਨੂੰ ਕਾਫੀ, ਇਸ ਕਰਕੇ ਮੈਨੂੰ ਕਾਫੀ ਚੰਗੇ ਲੱਗਦੇ ਸੀ। ਟਾਈਮ ਚੇਂਜ ਹੁੰਦੇ ਨੂੰ ਕਹਿੰਦੇ ਵਕਤ ਨਹੀਂ ਲੱਗਦਾ ਜੇ ਤੁਸੀਂ ਮਿਹਨਤ ਕਰਦੇ, ਕਿਉਂਕਿ ਇਹ ਬਹੁਤ ਜ਼ਿਆਦਾ ਮਿਹਨਤੀ ਸੀ ਜਿੱਦਾਂ ਕੰਮ ਕਰਦੇ ਸੀ। ਸਾਨੂੰ ਸੀ ਸਾਡਾ ਵਿਆਹ ਹੋ ਜੂਗਾ, ਕੋਈ ਨਾ ਆਪਾਂ ਘੱਟ ਖਾ ਲਵਾਂਗੇ, ਲੇਕਿਨ ਰਹਿਣਾ ਇਕੱਠਿਆਂ ਨਹੀਂ ਆ, ਮੈਂ ਵੀ ਕਰੂੰਗੀ, ਇਹ ਵੀ ਕਰੂੰਗੇ, ਹੌਲੀ ਹੌਲੀ ਘਰ ਦੇ ਹਾਲਾਤ ਚੇਂਜ ਹੋਵਾਂਗੇ। ਕਿ ਮੈਂ ਇਹਨਾਂ ਨੂੰ ਕਦੀ ਦੂਰ ਨਹੀਂ ਰਹਿ ਸਕਦੀ, ਇਹਨਾਂ ਤੋਂ ਨਾ ਹੀ ਕਦੀ ਮੈਂ ਛੱਡ ਸਕਦੀ ਸੀ, ਤਾਂ ਕਰਕੇ ਫਿਰ ਮੈਂ ਹਮੇਸ਼ਾ ਨਾਲ ਹੀ ਸੀ ਇਹਨਾਂ ਦੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਅੱਜ ਤੁਹਾਡੀ ਮੁਲਾਕਾਤ ਸੈਮ ਅਤੇ ਫਿਓਨਾ ਨਾਲ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਕਸਰ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਹੋਗਾ, ਇੰਸਟਾਗ੍ਰਾਮ 'ਤੇ ਦੇਖਿਆ ਹੋਗਾ, ਯੂਟਿਊਬ 'ਤੇ ਵਲੋਗਸ ਵੀ ਬਣਾਉਂਦੇ ਨੇ। ਅੱਜ ਇਹਨਾਂ ਦੀ ਜ਼ਿੰਦਗੀ ਬਾਰੇ ਗੱਲਬਾਤ ਕਰਾਂਗੇ, ਸਾਡੇ ਨਾਲ ਮੌਜੂਦ ਹੈ, ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ। ਅੱਛਾ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਜਦੋਂ ਅਸੀਂ ਦੇਖਦੇ ਹਾਂ ਨਾ ਕੈਮਰੇ 'ਤੇ, ਬਹੁਤ ਛੋਟੇ ਛੋਟੇ ਲੱਗਦੇ ਹੋ, ਉਮਰ ਕਿੰਨੀ ਆ, ਵਿਆਹ ਕਦੋਂ ਹੋ ਗਿਆ? ਮੇਰੀ ਏਜ ਹੈ 24, ਅਤੇ ਵਿਆਹ ਨੂੰ ਸਾਡੇ ਨੂੰ 2 ਸਾਲ ਹੋ ਚੁੱਕੇ ਆ। ਹਾਂਜੀ, ਬਹੁਤ ਛੋਟੀ ਉਮਰ 'ਚ ਵਿਆਹ ਕਰਵਾ ਲਿਆ ਸੀ। ਛੋਟੀ ਨਹੀਂ ਸੀ ਉਦਾਂ, ਵੈਸੇ ਉਮਰ ਵਿਆਹ ਵਾਲੀ ਸੀਗੀ ਉਦੋਂ ਕਰਵਾ ਲਿਆ। ਅੱਛਾ, ਮੈਨੂੰ ਦੱਸੋ ਮਿਲੇ ਕਿੱਦਾਂ ਸੀਗੇ? ਮਿਲੇ ਆਪਾਂ ਸੀ ਸਕੂਲ ਟਾਈਮ ਤੋਂ ਹੀ ਸੀ, ਆਪਾਂ ਫਰੈਂਡ ਸੀ, ਅਤੇ ਉਦੋਂ ਹੀ ਬਸ ਮੁਲਾਕਾਤ ਹੋਈ ਸੀ, ਲੰਬੀ ਲੰਬੀ ਟਾਈਮ ਚਲੀ ਗਿਆ, ਬਸ 7-8 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ। ਹਾਂਜੀ, ਮੇ ਬੀ ਮੈਂ ਪੜ੍ਹਦੀ ਹੋਣੀ ਆ ਉਦੋਂ 7th class 'ਚ, ਫਰੈਂਡ ਸੀ ਉਦੋਂ, ਜਸਟ ਇੱਦਾਂ ਦਾ ਕੁਛ। ਹਾਂਜੀ, ਜਸਟ ਫਰੈਂਡਸ ਫਰੈਂਡ ਸੀ ਜਿੱਦਾਂ ਨੋਰਮਲ ਹੁੰਦੇ ਆ ਨਾ। ਸ਼ੁਰੂ ਤੋਂ ਬੈਸਟ ਫਰੈਂਡ ਸੀਗੇ, ਫਿਰ ਹੌਲੀ ਹੌਲੀ ਉਹ ਰਿਲੇਸ਼ਨ 'ਚ ਬੈਸਟ ਵੀ ਨਹੀਂ ਹੈਗੇ ਸੀ, ਜਸਟ ਹਾਂਜੀ ਜਸਟ ਨੋਰਮਲ ਗੱਲਬਾਤ ਕਦੇ ਕਦੇ ਹੋ ਜਾਣੀ। ਇੱਦਾਂ ਫਰੈਂਡਸ ਆਪਾਂ ਬੈਸਟ ਫਰੈਂਡਸ ਨਹੀਂ ਬੋਲ ਸਕਦੇ, ਬੈਸਟ ਫਰੈਂਡਸ ਮੇ ਬੀ 9th-10th ਵਿੱਚ ਬੈਸਟ ਫਰੈਂਡਸ। ਹੌਲੀ 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 ਜਿੱਦਾਂ ਜਿੱਦਾਂ ਸਮਾਂ ਲੰਘਦਾ ਗਿਆ, ਸਾਨੂੰ ਦੋਵਾਂ ਨੂੰ ਵੀ ਨਹੀਂ ਪਤਾ ਲੱਗਾ ਵੀ ਕਦੋਂ ਮਤਲਬ ਦੋਸਤੀ ਪਿਆਰ 'ਚ ਬਦਲ ਗਈ, ਸਾਨੂੰ ਦੋਵਾਂ ਨੂੰ ਨਹੀਂ ਪਤਾ ਲੱਗਾ ਸੀ। ਪੜ੍ਹਦੇ ਇਕੱਠੇ ਹੁੰਦੇ ਸੀ? ਮੈਂ ਇਹਨਾਂ ਤੋਂ 2 ਕਲਾਸ ਅੱਗੇ ਸੀਗਾ, ਜਿੱਦਾਂ ਇਹ 7th ਸੀਗਾ ਜਦੋਂ ਮੈਂ 9th ਵਿੱਚ ਸੀ, ਜਦੋਂ ਮੈਂ 9th ਵਿੱਚ ਸੀਗਾ ਉਦੋਂ ਇਹ 7th class ਵਿੱਚ ਮੇਰੇ ਸਕੂਲ 'ਚ ਆ ਕੇ ਲੱਗੇ ਸੀਗੇ। ਮੈਂ ਤਾਂ ਪਹਿਲਾਂ ਤੋਂ ਪੜ੍ਹਦਾ ਸੀ ਉੱਥੇ, ਜਿੱਥੇ ਮੈਂ ਪੜ੍ਹਦਾ ਸੀ ਉਦੋਂ ਇਹ 7th ਵਿੱਚ ਆ ਕੇ ਉੱਥੇ ਮਤਲਬ ਸਟੱਡੀ ਕਰਨ ਲੱਗੇ ਸੀਗੇ ਜੀ। ਅਤੇ ਫਿਰ ਕਦੋਂ ਪ੍ਰਪੋਜ਼ਲ ਕਿੱਦਾਂ ਹੁੰਦਾ ਆ, ਕੌਣ ਪ੍ਰਪੋਜ਼ ਕਰਦਾ ਆ, ਕਦੋਂ ਸੋਚਦੇ ਹੋ ਵੀ ਅੱਜ ਵੀ ਹੁਣ ਇਹ ਜਿਹੜੀ ਦੋਸਤੀ ਆ ਪਿਆਰ 'ਚ ਬਦਲ ਗਈ ਆ, ਹੁਣ ਵਿਆਹ ਵੀ ਕਰਾ ਲੈਂਦੇ ਹਾਂ? ਕਦੋਂ ਤਾਂ ਐਕਚੁਅਲੀ ਮੈਨੂੰ ਡੇਟ ਯਾਦ ਆ, ਮੈਨੂੰ ਸਾਲ ਨਹੀਂ ਯਾਦ ਕਿਹੜਾ ਸੀ,
ਜਦੋਂ ਇਹਨਾਂ ਨੂੰ ਮੈਂ ਪ੍ਰਪੋਜ਼ ਕਰਿਆ, ਪ੍ਰਪੋਜ਼ ਤਾਂ ਇਹਨਾਂ ਨੂੰ ਮੈਂ ਕਾਫੀ ਵਾਰ ਕਰਿਆ ਸੀਗਾ, ਮਤਲਬ ਕਿ ਇਹ ਮਨਾ ਹੀ ਕਰੀ ਜਾਂਦੇ ਸੀਗੇ ਮੋਰਿਓ ਅੱਗਿਓਂ। ਕਾਫੀ ਟਾਈਮ ਇਹਨਾਂ ਨੇ ਮਨਾ ਕੀਤਾ ਮੈਨੂੰ, ਕਈ ਵਾਰੀ, ਇੱਕ ਵਾਰੀ ਨਹੀਂ ਬਹੁਤ ਵਾਰੀ ਮਨਾ ਕੀਤਾ। ਅਤੇ ਮੈਂ ਵੀ ਮੋਰਿਓ ਢੀਠ ਹਾਂ, ਮੈਨੂੰ ਆਦਤ ਹੈ ਕਿ ਮਤਲਬ ਸ਼ੁਰੂ ਤੋਂ ਹਾਂ ਕਿ ਚਾਹੇ ਕੋਈ ਕੰਮ ਆ, ਚਾਹੇ ਕੋਈ ਮਤਲਬ ਪਰਸਨ ਆ, ਜੇ ਮੈਂ ਉਸਨੂੰ ਪਾਉਣਾ ਆ ਤਾਂ ਪਾਉਣਾ ਆ, ਕਰਕੇ ਰਹਿਣਾ ਉਸ ਚੀਜ਼ ਨੂੰ। ਅਤੇ ਕਾਫੀ ਟਾਈਮ ਘੁੰਮਦਾ ਰਹਿਣਾ ਪਿੱਛੇ, ਮਤਲਬ ਇੱਕ ਵਾਰੀ ਕੀਤਾ ਨਾ ਹੋਵੇ, ਦੂਜੀ ਵਾਰੀ ਕੀਤਾ ਨਾ ਹੋਵੇ, ਤੀਜੀ ਵਾਰੀ ਕੀਤਾ ਨਾ ਹੋਵੇ, ਆਪਾਂ ਢੀਠ, ਆਪਾਂ ਨੂੰ ਕੋਈ ਟੈਨਸ਼ਨ ਨਹੀਂ, ਜਿੰਨੀ ਮਰਜ਼ੀ ਹੈ ਨਾ, ਪਤਾ ਹੁੰਦਾ ਬੰਦੇ ਨੂੰ ਵੀ ਹਾਂ ਵੀ ਕਰ ਹੀ ਦੇਣਾ ਇੱਕ ਨਾ ਇੱਕ ਦਿਨ, ਹੈ ਨਾ। ਫਿਰ ਇੱਦਾਂ ਹੀ 5-6 ਮਹੀਨੇ 7 ਮਹੀਨੇ ਲੰਘੇ, ਫਰੈਂਡ ਤਾਂ ਚਲੋ ਆਪਾਂ ਪਹਿਲਾਂ ਤੋਂ ਹੀ ਸੀਗੇ, ਹੈ ਨਾ। ਅਤੇ ਫਿਰ ਮੈਨੂੰ ਯਾਦ ਆ ਕਿ 7 ਤਰੀਕ ਸੀ 5ਵੇਂ ਮਹੀਨੇ ਦੀ, ਅਤੇ ਉਸ ਦਿਨ ਇਹਨਾਂ ਨੇ ਮੈਨੂੰ ਹਾਂ ਕੀਤੀ ਸੀਗੀ ਪ੍ਰਪੋਜ਼ ਕਰਨ 'ਤੇ ਜੀ। ਅੱਛਾ, ਨਾ ਕਿਉਂ ਬਾਰ ਬਾਰ ਕਰਦੇ ਸੀਗੇ? ਫਰੈਂਡਸ ਤਾਂ ਸੀ, ਜਾਣਦੇ ਸੀ ਇੱਕ ਦੂਜੇ ਨੂੰ, ਪਤਾ ਵੀ ਸੀਗਾ ਵਧੀਆ ਮੁੰਡਾ, ਫਿਰ ਨਾ ਬਾਰ ਬਾਰ ਕਰਨ ਦਾ ਰੀਜ਼ਨ? ਉਹ ਵੈਸੇ ਮੈਨੂੰ ਥੋੜ੍ਹਾ ਜਿਹਾ ਸੀ ਕਿ ਮੈਂ ਕਰਨਾ ਨਹੀਂ ਚਾਹੁੰਦੀ ਸੀ ਫਰੈਂਡਸ਼ਿਪ ਵਿੱਚ, ਨਹੀਂ ਰਿਲੇਸ਼ਨ ਵਿੱਚ ਮੈਂ ਆਉਣਾ ਨਹੀਂ ਚਾਹੁੰਦੀ ਸੀ, ਮੇਰਾ ਕੋਈ ਇੰਟਰਸਟ ਵਗੈਰਾ ਨਹੀਂ ਸੀ। ਅਤੇ ਮੈਂ ਡਰਦੀ ਵੀ ਸੀ, ਪਤਾ ਨਹੀਂ ਕੱਲ੍ਹ ਕੀ ਹੋਣਾ ਆ ਨਾ, ਕਿ ਕਿੱਦਾਂ ਹੋਊਗਾ ਵਿਆਹ, ਕਿੱਦਾਂ ਹੋਊਗਾ, ਕਿਵੇਂ, ਬਹੁਤ ਕੁਝ ਸੋਚਣਾ ਪੈ ਜਾਂਦਾ ਨਾ। ਤਾਂ ਫਿਰ ਮੈਂ ਨਾ 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 ਕਰਦੀ ਨਹੀਂ ਗਈ, ਕਰਦੀ ਗਈ, ਲੇਕਿਨ ਹਾਂ ਇਹ ਮੰਨਣਾ ਹੀ ਨਹੀਂ ਵਿਆਹ ਕਰਨੀ ਪਈ। ਤੁਹਾਡੇ ਅੱਗੇ ਕੋਈ ਆਪਸ਼ਨ ਨਹੀਂ ਛੱਡਿਆ ਵੀ ਬਸ ਹਾਂ ਮੇਰੇ ਕੋਲ, ਕਿ ਮੈਂ ਫਿਰ ਮੈਨੂੰ ਆ ਕੇ ਆਖਰ ਵਿੱਚ ਹਾਂ ਕਰਨੀ ਪਈ। ਚਲੋ ਠੀਕ ਆ, ਚੰਗੇ ਆ, ਚਲੋ ਠੀਕ ਆ, ਜੋ ਵੀ ਆ, ਐਕਸੈਪਟ ਕਰਨਾ ਪਿਆ। ਇਹ ਸੋਚ ਲਿਆ ਵੀ ਇਹੀ ਹੈ ਕਿਸ ਵਿੱਚ, ਹੁਣ ਬਸ ਜੋ ਵੀ ਆ। ਅੱਛਾ, ਫਿਰ ਕਿੰਨਾ ਚਿਰ ਹੋ ਗਿਆ ਹੁਣ ਵਿਆਹ ਹੋਇਆ ਨੂੰ? 2 ਸਾਲ ਹੋ ਗਏ ਸਾਡੇ ਵਿਆਹ ਨੂੰ, ਅਤੇ ਸਾਨੂੰ ਇੱਕ ਦੂਸਰੇ ਨੂੰ ਜਾਣਦਿਆਂ ਨੂੰ 8 ਸਾਲ ਹੋ ਚੁੱਕੇ ਆ। ਕਾਫੀ ਟਾਈਮ ਹੀ ਹੋ ਗਿਆ, ਮਤਲਬ ਕਿ ਸਾਨੂੰ ਖੁਦ ਨੂੰ ਯਾਦ ਵੀ ਨਹੀਂ ਹੈਗਾ ਕਿ ਅਸੀਂ ਕਦੋਂ ਮਿਲੇ ਸੀ ਅਤੇ ਕਦੋਂ ਹੌਲੀ ਹੌਲੀ ਵੱਡੇ ਹੋ ਗਏ ਇਕੱਠੇ ਇੱਕ ਦੂਸਰੇ ਦੇ ਨਾਲ। ਮਤਲਬ ਸਾਨੂੰ ਇੱਦਾਂ ਲੱਗਦਾ ਕਿ ਜਿੱਦਾਂ ਹੁਣੇ ਕੱਲ੍ਹ ਦਾ ਦਿਨ ਹੀ ਹਲੇ ਲੰਘ ਕੇ ਗਿਆ, ਉਹ ਜਦੋਂ ਪਹਿਲੀ ਵਾਰੀ ਮਿਲੇ ਸੀ ਇੱਕ ਦੂਸਰੇ ਨੂੰ, ਇੱਕ ਦੂਸਰੇ ਨਾਲ ਵਕਤ ਇੰਨੀ ਛੇਤੀ ਲੰਘ ਗਿਆ ਕਿ ਪਤਾ ਨਹੀਂ ਲੱਗਾ। ਅੱਛਾ, ਸਾਡੇ ਵਿੱਚ ਅੰਡਰਸਟੈਂਡਿੰਗ ਬਹੁਤ ਸ਼ੁਰੂ ਤੋਂ ਬਹੁਤ ਜ਼ਿਆਦਾ ਸੀ, ਇੱਕ ਦੂਜੇ ਨੂੰ ਸਮਝਣਾ, ਇੱਕ ਦੂਜੇ ਦੀ ਗੱਲ ਸੁਣਨੀ, ਰੋਕ ਟੋਕ ਨਹੀਂ ਸੀ ਸ਼ੁਰੂ ਤੋਂ ਹੀ ਕਿ ਇੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ, ਆ ਨਹੀਂ ਪਾਉਣਾ, ਉਹ ਨਹੀਂ ਲਾਉਣਾ, ਐਵੇਂ ਕਰਕੇ ਨਾ ਥੋੜ੍ਹਾ ਜਿਹਾ। ਔਰ ਥੋੜ੍ਹਾ ਜਿਹਾ ਮੇਰੇ ਨੇਚਰ ਵੀ ਇੱਦਾਂ ਦਾ, ਮੈਨੂੰ ਥੋੜ੍ਹਾ ਜਿਹਾ ਫਰੀਡਮ ਵਾਲਾ ਚਾਹੀਦਾ ਸੀ, ਕਿ ਮੈਨੂੰ ਮਾਹੌਲ ਕਿ ਜਿਹੜਾ ਮੇਰਾ ਲਾਈਫ ਪਾਰਟਨਰ ਹੋਵੇ ਉਹ ਚੰਗੇ ਹੋਣ, ਬਹੁਤ ਜ਼ਿਆਦਾ ਮੈਂ ਰੋਕ ਟੋਕ ਕਰਨ ਵਾਲੇ ਨਾ ਹੋਣ, ਜੋ ਮੇਰਾ ਡ੍ਰੀਮ ਹੈਗਾ, ਜੋ ਮੇਰਾ ਪ੍ਰੋਫੈਸ਼ਨ ਹੈਗਾ, ਜੋ ਮੈਂ ਕਰਨਾ ਚਾਹੁੰਦੀ ਹਾਂ ਜ਼ਿੰਦਗੀ 'ਚ, ਕੁਛ ਵੀ ਹੋਵੇ, ਚਾਹੇ ਉਹ ਕਿ ਉਹਦੇ ਵਿੱਚ ਮੇਰੀ ਸਪੋਰਟ ਕਰਨ, ਕੁਛ ਵੀ ਕਰਾਂ ਮੈਂ, ਤਾਂ ਕਰਕੇ ਫਿਰ ਮੈਨੂੰ ਕਾਫੀ, ਇਸ ਕਰਕੇ ਮੈਨੂੰ ਕਾਫੀ ਚੰਗੇ ਲੱਗਦੇ ਸੀ। ਜਿੱਥੇ ਪਿਆਰ ਹੁੰਦਾ ਨਾ, ਉੱਥੇ ਛੋਟੀ ਮੋਟੀ ਲੜਾਈ ਵੀ ਜ਼ਰੂਰ ਹੋਣੀ ਚਾਹੀਦੀ ਹੈ ਨਾ, ਕਿ ਇੱਕ ਤਾਂ ਤੁਹਾਡੀ ਲੜਾਈ ਹੁੰਦੀ ਹੋਵੇ ਤਾਂ ਨਜ਼ਰ ਨਹੀਂ ਲੱਗਦੀ, ਹੈ ਨਾ, ਅਤੇ ਦੂਜਾ ਪਿਆਰ ਹੋਰ ਵੱਧਦਾ ਕਹਿੰਦੇ ਲੜਨ ਨਾਲ, ਅਤੇ 2 ਭਾਂਡੇ ਖੜਕਦੇ ਨੇ। ਹਾਂਜੀ ਬਿਲਕੁਲ, ਇੱਕ ਦਿਨ ਹੀ, ਰੋਜ਼ ਹੀ, ਹਰ ਰੋਜ਼ ਅਸੀਂ ਲੜਨਾ ਹੁੰਦਾ, ਹਰ ਰੋਜ਼ ਅਸੀਂ ਇਕੱਠੇ ਹੋ ਜਾਣਾ ਹੁੰਦਾ, ਹਰ ਰੋਜ਼ ਲੜਨਾ ਹੁੰਦਾ, ਹਰ ਰੋਜ਼। ਮਤਲਬ ਕੋਈ ਇੱਦਾਂ ਦਾ ਦਿਨ ਨਹੀਂ ਹੁੰਦਾ, ਕੋਈ ਭਾਗਾਂ ਵਾਲਾ ਦਿਨ ਹੁੰਦਾ ਜਿੱਦਣ ਆਪਾਂ, ਮਤਲਬ ਮੈਂ ਨਹੀਂ ਲੜਦਾ, ਇਹ ਮੈਨੂੰ ਬੋਲਦੇ ਆ, ਇਹ ਲੜਦੇ ਆ ਮੇਰੇ ਨਾਲ, ਹੈ ਨਾ। ਕੋਈ ਇੱਦਾਂ ਦਾ ਭਾਗਾਂ ਵਾਲਾ ਦਿਨ ਹੁੰਦਾ ਜਿੱਦਣ ਇਹ ਸ਼ਾਂਤ ਰਹਿਣ ਸਾਰੀ ਦਿਹਾੜੀ, ਨਾ ਵੀ ਬੋਲੇ ਨਹੀਂ ਅੱਜ ਕੁਛ ਵੀ, ਨਹੀਂ ਤਾਂ ਹਰ ਰੋਜ਼ ਇਹਨਾਂ ਨੇ ਨਿੱਕੀ ਜਿਹੀ ਗੱਲ ਫੜ ਲੈਣੀ ਹੁੰਦੀ, ਕੋਈ ਮਤਲਬ ਮੈਂ ਸੋਚੀ ਵੀ ਨਹੀਂ ਹੁੰਦੀ ਵੀ ਮਤਲਬ ਇਸ ਗੱਲ ਤੋਂ ਲੜਾਈ ਹੋ ਰਹੀ ਆ। ਮੈਂ ਸੋਚ, ਕੋਈ ਦੇਖਣ ਵਾਲਾ ਬੰਦਾ ਕਹੂੰਗਾ ਵੀ ਤੁਸੀਂ ਇਸ ਗੱਲ ਤੋਂ ਲੜਦੇ ਪਏ ਆ, ਮਤਲਬ ਇੱਦਾਂ ਨਿੱਕੀ ਨਿੱਕੀ ਗੱਲ ਤੋਂ ਲੜ ਪੈਂਦੇ ਆ ਮੇਰੇ ਨਾਲ ਇਹ। ਮਤਲਬ ਥੋੜ੍ਹੇ ਬੱਚੇ ਆ, ਮਤਲਬ ਕਿ ਮੈਂ ਸਾਡੇ ਮਾਇੰਡ ਤੋਂ, ਇਹਨਾਂ ਨੇ ਜਦੋਂ ਲਾਡ ਕਰਨਾ ਉਦੋਂ ਵੀ ਬੱਚਿਆਂ ਵਾਂਗੂ ਕਰਨਾ, ਜਦੋਂ ਲੜਨਾ ਉਦੋਂ ਵੀ ਬੱਚਿਆਂ ਵਾਂਗੂ ਕਰਨਾ, ਮਤਲਬ ਹੈਗੇ, ਮਤਲਬ ਇਹਨਾਂ ਦਾ ਮਾਇੰਡ ਸੈੱਟ ਕਾਫੀ ਹੱਦ ਤੱਕ ਵੀ ਬੱਚਿਆਂ ਵਾਂਗੂ ਹੀ ਆ, ਅਤੇ ਮੈਂ ਰੱਖਿਆ ਵੀ ਹੋਇਆ ਇਹਨਾਂ ਨੂੰ ਬੱਚਿਆਂ ਵਾਂਗੂ ਸ਼ੁਰੂ ਤੋਂ, ਕਦੀ ਇਹਨਾਂ ਦੀ ਗੱਲ ਦਾ ਗੁੱਸਾ ਨਹੀਂ ਕੀਤਾ। ਮਤਲਬ ਮੈਂ ਕੌਣ ਮਾਰਦਾ ਵੀ ਮੈਂ ਨਹੀਂ ਮੰਨਣਾ ਹਲੇ, ਹੈ ਜਾਂ ਅੰਦਰ ਉਂਦਰ ਕਈ ਵਾਰੀ ਹੁੰਦਾ ਨਾ ਆਪਾਂ ਚਾਹੁੰਦੇ ਵੀ ਹੋਰ ਬਣਾਵੇ ਬੰਦਾ, ਉਹ ਕੌਣ? ਮੈਂ ਤਾਂ ਵੈਸੇ ਕਦੀ ਮੰਨੀ ਨਹੀਂ ਅੱਜ ਤੱਕ, ਭਾਵੇਂ ਮੇਰੀ ਖੁਦ ਦੀ ਗਲਤੀ ਹੋਵੇ, ਮੈਂ ਚੀਜ਼ ਰੱਖ ਕੇ ਭੁੱਲ ਜਾਵਾਂ, ਜਾਂ ਖੁਦ ਬਹੁਤ ਵੱਡੀ ਗਲਤੀ ਹੋਵੇ, ਮੈਂ ਤਾਂ ਕੁਛ ਕੀਤਾ ਹੀ ਨਹੀਂ, ਮੇਰੇ ਤਾਂ ਗਲਤੀ ਨਹੀਂ, ਮੈਂ ਵੀ ਹੈ ਹੀ ਨਹੀਂ, ਤੁਸੀਂ ਆ ਤੂੰ ਇੱਦਾਂ ਕੀਤਾ, ਉਦੋਂ ਮੈਂ ਕਦੀ ਨਹੀਂ ਅੱਜ ਤੱਕ ਸੋਰੀ ਫੀਲ ਨਹੀਂ ਕੀਤੀ। ਹਾਂ ਕਰਦੇ ਉਹ ਵੱਡੀ ਗੱਲ ਹੈ, ਬਾਕੀ ਸਾਰੀਆਂ ਕਰਦੇ ਤੁਹਾਡੀਆਂ। ਹਾਂ ਮੈਂ ਕਦੀ ਨਹੀਂ, ਗਲਤੀ ਨਹੀਂ ਮੈਂ ਕਦੀ ਅੱਜ ਤੱਕ ਮੰਨੀ ਆਪਣੀ। ਅੱਛਾ, ਹਾਰ ਕੇ ਫਿਰ ਗਲਤੀ ਤਾਂ ਚਲੋ ਇਹਨਾਂ ਨੇ ਪਹਿਲਾਂ ਹੀ ਕਹਿਤਾ, ਮੈਂ ਮੰਨੀ ਨਹੀਂ ਹੁੰਦੀ ਵੀ ਇਹਨਾਂ ਦੀ, ਸੋਰੀ ਫਿਰ ਤੁਸੀਂ ਬੋਲਦੇ। ਮੈਂ ਸੋਰੀ ਬੋਲਣਾ ਹੀ ਪੈਂਦਾ ਫਿਰ, ਤੁਹਾਨੂੰ ਪਤਾ ਹੀ ਚੱਲਦੀ ਨਹੀਂ ਬਿਲਕੁਲ। ਹੁਣ ਉਹ ਟਾਈਮ ਹੁੰਦਾ ਸੀ ਜਦੋਂ ਕਿਤੇ ਮੇਰਾ ਦਬਕਾ ਚੱਲਦਾ ਹੁੰਦਾ ਸੀ, ਵਿਆਹ ਤੋਂ ਪਹਿਲਾਂ ਮੇਰਾ ਦਬਕਾ ਚੱਲਦਾ ਹੁੰਦਾ ਸੀ, ਮੈਂ ਤੋਂ ਡਰਦੇ ਹੁੰਦੇ ਸੀਗੇ, ਹੁਣ ਮੈਨੂੰ ਡਰ ਲਾ ਪੈਂਦਾ। ਬਹੁਤ ਸੋਹਣੀ ਜੋੜੀ ਆ, ਮਤਲਬ ਬਹੁਤ ਪੋਜ਼ਿਟਿਵਿਟੀ ਆ, ਹੈ ਨਾ, ਆਪਾਂ ਮਿਲੇ ਵੀ ਗੱਲਾਂ ਵੀ ਕੀਤੀਆਂ, ਹੈ ਨਾ। ਆਪਾਂ ਦੇਖਦੇ ਕਿ ਕੈਮਰੇ 'ਤੇ ਦੇਖਣ ਨੂੰ ਨਾ ਬਹੁਤ ਚੀਜ਼ਾਂ ਅਲੱਗ ਹੁੰਦੀਆਂ, ਇੱਦਾਂ ਲੱਗਦਾ ਬਹੁਤ ਕੁਛ ਹੈ ਇਹਨਾਂ ਦੇ ਕੋਲ, ਉਹ ਸਾਰਾ ਕੁਛ ਕਰ ਰਹੇ ਨੇ, ਪਰ ਜੋ ਆਫ ਕੈਮਰਾ ਹੁੰਦਾ ਉਹਦੇ ਪਿੱਛੇ ਲਾਈਫ ਬਿਲਕੁਲ ਚੇਂਜ ਹੁੰਦੀ ਆ। ਜਾਂ ਆਪਾਂ ਸਟਰਗਲ ਦੀ ਗੱਲ ਕਰੀਏ ਤਾਂ ਬਹੁਤ
टाइम स्ट्रगल किया हों तुसी भी अपनी लाइफ दे विच किया इन्हां ने भी बहुत कुछ फेस किया है ना जदों तुहाडी 17-18 साल की उम्र हुंदी है तो फादर साहब चले जाते हैं फिर सारी जिम्मेवारी तुहाडे मोढ़ियां ते आ जाती है किवें की हालात बनते ने उदों किदां फादर साहब की डैथ हुंदी एक्चुअली गल हुई इदा कि एक दिन पहले ही ना फादर साहब न बीमार हो गए से उन्होंने डीहाइड्रेशन हो गई सी तो एकदम बीमार हो गए असी इतने लागे साढ़े होस्पिटल आ टाउन च उत्थे लैके जाते हैं तो उत्थे जाके भी मतलब ठीक नहीं होंगे पहला माड़ा मोटा ठीक हो जाते हैं तो फिर दोबारा मतलब उही हाल हो जाता फिर ज़्यादा हो जाता है तो वह कहें भी तुम मतलब इतों व्डे होस्पिटल लै जाओ इन्ने पैसे तो नहीं से उदो कि किसी प्राइवेट वधिया होस्पिटल लै जाइए तो इतों भी सरकारी जाते हैं फिर अगे एक व्डा सरकारी होस्पिटल आ मतलब शहर के उत्थे लै जाते हैं तो इन्होंने मतलब ज़्यादा ही हालत मंदी हो जाती है उदो है ना तो फिर डॉक्टर आते हैं मतलब माड़ा मोटा केयर करते हैं तुम्हें पता कि चलो कहना नहीं चाहिए थोड़ा जहा है ना अपना सिस्टम इदा कि फर्क होंगे ना प्राइवेट तो गौरमेंट मतलब हॉस्पिटल के मतलब ज़्यादा ही मतलब मंदी हालत हो जाती है बैठा हों मैं लत्त बहं उन्होंने घुटन डया हों है ना तो बोलन डे होंगे मेरा मतलब मेरे फादर साहब इदा हों जिदा प्यार बथेरा सी साडा दोवे तो मेरे ना लड़ते बहुत होंगे मैं बोलते बहुत होंगे सके मतलब होंगे हर एक माँ बाप कि साडा बच्चा कुछ बड़ा करे जिंदगी मैं कदरां दी कॉपी हाँ अपने फादर साहब की क्योंकि जो जो मेरे विच गुण ने जो मेरे शौक ने जां मेरा सुभा आ ठीक है वह मेरे मतलब पापा दे गया आ मेरा सारा सिस्टम तो मेरे पापा भी एक लिखारी से मैं भी बाद विच एक लिखारी बनया तो फिर लत्ता बहं घुट रहा हों अचानक तो पता नहीं लगता कदों सह छड़ जाते अपने वह मैं अच्छा। बुला उन्होंने कि पापा उठो 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 है ना मैनू मतलब इदा सी कि पता नहीं की हो गया मैनू मतलब यकीन ना हो अपनी अखा से मैं कि मतलब समझ नहीं आ रहा उदो की हो गया ना मेरे नाल तो मैं भज्जा भज्जा गया डॉक्टर साहब न बुला के लैके आया तो जो उन्होंने दसिया भी इदा मतलब नहीं रहे है ना तो इदा लगा कि मतलब की हो गया अचानक ही है ना उदों तो समझ नहीं आया भी अगे जाके की होने वाला है ना तो वह मूमेंट इदा की होंगी है तो फिर उदों तो साढ़े कोई भी नहीं सके मैं तो मेरी मम्मी सके बस दोनों जने फिर रिश्तेदार आते हैं जाते हैं पापा लैके तो हौली हौली घर आते हैं आप तो पहला समझ नहीं आती होंगी कुछ भी की हो गया मम्मा चुप कराता पाया हों ना उधरों नानकों वालों आते हो रिश्तेदार आते भी चुप कराते आके मैनू समझाते कि है ना मैं तो पता नहीं लगने से हो की गया क्योंकि 17-18 साल की उम्र आप कह दें मतलब इन्नी मच्योरिटी नहीं होंगी बंदे पता नहीं होंगे उदों है ना फिर जो मतलब संस्कार किया जाता है उस तो बाद जो पगड़ी रसम होंगी है ना तो घर से सब तो व्डा मैं सी तो मेरे सिर पर रख देंगे पग तो मैं हर एक बंदा आके कह रहा भी हूँ मतलब तू ही संभालना आ भी घर की जिम्मेवारी तेरे ते आ हुण है ना भी सियाणा बनना शेर बनना है ना हर एक बंदा इदा कह रहा आके है ना तो मैं समझ ना आवे भी मतलब की मतलब आ ये है ना की आ फिर हालात बंदे नूं समझाई देंदे हुंदे है ना कि बंदा जिदा मर्जी न्याणा होवे बचपना होवे मतलब हालात जदों इदा दे आ जाण बंदा आप ही सियाणा हो जाता ठोकरां खा खा के फिर काम करना शुरू किया प्लस टू खत्म करके मैं पढ़ाई छड्ड दित्ती अपनी तो फिर हौली हौली काम करना शुरू किया छोटा मोटा काम किया तो सब तो पहला मतलब मैं दिहाड़ी वगैरह करन जान लगा है ना कदी किसी नाल कदी किसी नाल तो कई तरह का मैं काम किए आ मतलब एक तो मेरे चाचा जी है इतने वो मतलब कम स्टील का कम करते उन्होंने नाल जाता हों कोई सोची फड़ादा नहीं उन्होंने जा कम करवाना वो उन्होंने 300 रुपया मैंने कुछ दिहाड़ी देंदे होंगे सके एक दिन की तो फिर मैं एक लगा करियाने स्टोर से उत्थे भी मैं 6-7 महीने लाए सी ते वो मैनू ज़्यादा मैं 3500-4000 रुपया देंदे होंदे सीगे मैनू मंथली वह उत्थे मेरा काम हुंदा सी कि चीज़ां टकानियां मतलब काफ़ी वड्डा स्टोर सीगा एक तरह का ग्रोसरी स्टोर सी ते उत्थे चीज़ां वगैरह टकाण दा साफ सफाई करन दा मेरा काम हुंदा सी चीज़ां उतार के रखनियां है ना ते उस तो बाद एक मैं डॉक्टर दे काम कीता डेंटिस्ट दे तो उत्थे मैं कंपाउंडर का काम किया उत्थे भी मैनू 3500-4000 ही मिलता सगा काफ़ी टाइम उत्थे मैं 6-7 महीने उत्थे भी लाए अपने फादर साहब जाते हैं है ना सारी जिम्मेवारी तुहाडे मोढ़ियां ते तुसीं बच्चे ही सेक हिसाब दे उदों है ना उदों किसी आपां नूं हुंदा ना साढ़े जिहड़े अपने ने साढ़े जिहड़े रिश्तेदार ने जिहड़े सानूं जाणदे उह सपोर्ट करनगे उदों किसी ने सपोर्ट कीती सी मेरे नानकियां ने कीती सी जी
ਅਤੇ ਹੋਰ ਨਹੀਂ ਆਪਾਂ ਕਹਿ ਸਕਦੇ, ਮਤਲਬ ਨਹੀਂ ਚਲੋ ਹਰ ਇੱਕ ਬੰਦੇ ਦੇ ਆਪਣੇ ਆਪਣੀਆਂ ਜ਼ਿੰਮੇਵਾਰੀਆਂ ਹੁੰਦੀਆਂ ਨਾ। ਚਲੋ ਆਪਾਂ ਅੱਜ ਦੇ ਟਾਈਮ 'ਚ ਕਿਸੇ ਤੋਂ ਐਕਸਪੈਕਟ ਵੀ ਨਹੀਂ ਕਰਦੇ ਕਿਉਂਕਿ ਸਾਡੇ ਨਾਲ ਕਰੂੰਗਾ, ਬਟ ਹਾਂ ਫਿਰ ਵੀ ਨਾਨਕਿਆ ਸਾਡਿਆਂ ਨੇ ਕੀਤੀ ਸੀ, ਕਾਫੀ ਹੈਲਪ ਕੀਤੀ ਸੀਗੀ ਉਸ ਟਾਈਮ 'ਤੇ। ਅੱਜ ਵੀ ਮਤਲਬ ਆ ਭੁੱਲਦੇ ਨਹੀਂ ਜੋ ਸਾਡੇ ਨਾਲ ਖੜੇ ਸੀ ਉਸ ਟਾਈਮ 'ਤੇ, ਸਾਨੂੰ ਅੱਜ ਵੀ ਯਾਦ ਆ। ਹੋਰ ਨਹੀਂ ਮਤਲਬ ਦੱਸ ਰਹੇ ਸੀਗੇ ਕਿ ਇੱਦਾਂ ਵੀ ਕਹਿੰਦੇ ਸੀਗੇ ਕਿ ਮਦਰ ਨੂੰ ਕੰਮ 'ਤੇ ਲਗਾ ਦੇਣ। ਤੁਹਾਨੂੰ ਮੈਂ ਉਹੀ ਦੱਸਿਆ ਨਾ, ਮੈਂ ਜਗ੍ਹਾ ਜਗ੍ਹਾ ਕੰਮ ਕਰਦਾ ਸੀਗਾ ਅਤੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਸੀ। 3500 ਮੈਂ ਤਾਂ ਹੀ ਦੱਸਦਾ ਪਿਆ, ਨਾਲ ਵੀ ਇੰਨੇ ਪੈਸੇ ਮਿਲਦੇ ਸੀ ਮੈਨੂੰ ਹੈ ਨਾ, ਕਿਉਂਕਿ ਤੁਸੀਂ ਵੀ ਸਮਝ ਸਕਦੇ 3500-4000 ਨਾਲ ਗੁਜ਼ਾਰਾ ਨਹੀਂ ਹੁੰਦਾ ਘਰ ਦਾ। ਫਿਰ ਵੀ ਮੈਂ ਕੋਸ਼ਿਸ਼ ਆਪਣੇ ਵੱਲੋਂ ਪੂਰੀ ਕਰਦਾ ਸੀ ਵੀ ਕਰ ਸਕਾਂ ਖਰਚੇ ਘਟਾ ਕੇ ਆਪਣੇ। ਮੈਂ ਤੁਹਾਨੂੰ ਦੱਸਾਂ, ਮੈਂ ਕਦੀ ਆਪਣੇ ਵਾਸਤੇ 1 ਰੁਪਏ ਦੀ ਚੀਜ਼ ਨਹੀਂ ਲਈ ਸੀ ਕੋਈ, ਜਦੋਂ ਮੈਂ ਕੰਮ ਕਰਦਾ ਸੀ ਨਾ ਕਦੀ ਕੱਪੜਾ ਰੱਖ ਨਹੀਂ ਖਰੀਦਦਾ ਹੁੰਦਾ ਸੀ ਆਪਣੇ, ਸਾਰੇ ਪੈਸੇ ਮੈਂ ਘਰੇ ਦਿੰਦਾ ਹੁੰਦਾ ਸੀਗਾ। ਮੈਂ ਕਹਾਂ ਮੇਰੀ ਜੇ ਗਰਲਫਰੈਂਡ ਵੀ ਸੀ ਨਾ, ਮੈਂ ਕਦੀ ਇਹਦੇ ਤੋਂ ਉੱਤੇ ਵੀ 1 ਰੁਪਈਆ ਨਹੀਂ ਕਰ ਤੱਕ, ਮਤਲਬ ਵਿਆਹ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਨਾ ਕਦੀ ਮੈਂ ਕੋਈ ਚੀਜ਼ ਤੱਕ ਨਹੀਂ, ਕੋਈ ਗਿਫਟ ਵਗੈਰਾ ਹਾਂ ਮਾੜਾ ਮੋਟਾ ਹੋਵੇ ਕਿਤੇ ਲੈ ਦੇਵਾਂ, ਨਹੀਂ ਤਾਂ ਨਹੀਂ ਮੈਂ ਕਦੀ ਵੀ ਕਹਿੰਦੇ ਦਿਖਾਉਂਦੇ ਨਾ ਕਿ ਮੁੰਡੇ ਲਟਾਉਂਦੇ ਆ ਪੈਸੇ ਕੁੜੀਆਂ 'ਤੇ ਜਾਂ ਕੁਛ ਕਰਾਉਂਦੇ ਆ, ਨਹੀਂ ਮੈਂ ਇੱਦਾਂ ਕਦੀ ਨਹੀਂ ਕੀਤਾ ਸੀ। ਅਤੇ ਇਹ ਵੀ ਆ, ਸਮਝੇ ਹਮੇਸ਼ਾ ਇਸ ਚੀਜ਼ ਨੂੰ, ਪਤਾ ਸੀ ਵੀ ਮੇਰੇ ਘਰ ਦੇ ਹਾਲਾਤ ਕੀ ਆ। ਲੋਕ ਬਥੇਰਾ ਕੁਛ ਕਹਿੰਦੇ ਹੁੰਦੇ ਆ ਜਦੋਂ ਘਰ ਦੇ ਹਾਲਾਤ ਖਰਾਬ ਹੁੰਦੇ ਆ, ਵੀ ਆਪਣੀ ਮੰਮੀ ਨੂੰ ਵੀ ਕੰਮ 'ਤੇ ਭੇਜਦੇ ਹੈ ਨਾ, ਨਾਲ ਇੱਥੇ ਸਾਡੇ ਮਤਲਬ ਚੱਲਦੇ ਹੁੰਦੇ ਕੰਮ, ਅੱਗੇ ਸਰਕਾਰੀ ਕਿ ਬੁੜੀਆਂ ਜਾਂਦੀਆਂ ਹੁੰਦੀਆਂ ਸੀ ਕੰਮ ਕਰਨ ਹੈ ਨਾ। ਸਾਡੇ ਪਾਪਾ ਨੇ ਨਹੀਂ ਕਦੀ ਸਾਡੀ ਮੰਮੀ ਨੂੰ ਘਰੋਂ ਨਿਕਲਣ ਦਿੱਤਾ ਸੀ, ਅਤੇ ਆਪਾਂ ਵੀ ਪਾਪਾ ਨੇ ਇਹ ਕਿਹਾ ਸੀ ਵੀ ਮੇਰੇ ਜਾਣ ਤੋਂ ਬਾਅਦ ਕਦੀ ਵੀ ਮਾਂ ਆਪਣੀ ਨੂੰ ਨਹੀਂ ਕਿਤੇ ਭੇਜਣਾ ਬਾਹਰ, ਕਦੀ ਵੀ ਨਹੀਂ ਪਾਪਾ ਨੇ ਭੇਜਿਆ ਸੀਗਾ। ਅਤੇ ਸਾਡਾ ਵੀ ਇਹ ਸੀ ਵੀ ਪਾਪਾ ਨੇ ਜੋ ਕਿਹਾ ਠੀਕ ਆ, ਆਪਾਂ ਬਾਹਰ ਨਹੀਂ ਭੇਜਣਾ ਮਾਂ ਆਪਣੀ ਨੂੰ ਘਰੋਂ ਹੈ ਨਾ। ਅਤੇ ਇੱਦਾਂ ਹੀ ਪਰਮਾਤਮਾ ਨੇ ਮਿਹਰ ਰੱਖੀ, ਕਦੀ ਇਹ ਮੌਕਾ ਨਹੀਂ ਆਉਣ ਦਿੱਤਾ। ਟਾਈਮ ਆਇਆ ਹੋਊਗਾ ਮਾੜਾ, ਅਤੇ ਪਰ ਆਪਾਂ ਸੰਭਾਲਿਆ ਉਸ ਚੀਜ਼ ਨੂੰ, ਕੁਛ ਵੀ ਕਰਕੇ ਗੁਜ਼ਾਰਾ ਕੀਤਾ ਘਰ ਦਾ, ਮਤਲਬ ਕੰਮ ਕੀਤਾ ਮੈਂ, ਚਾਹੇ ਕਿਤੇ ਉਹ ਹਟ ਜਾਵਾਂ ਚ ਕੰਮ ਉੱਥੇ ਨਹੀਂ ਬਣਿਆ, ਕਿਉਂਕਿ ਮੇਰਾ ਸੁਭਾਅ ਵੀ ਥੋੜ੍ਹਾ ਜਿਹਾ ਇੱਦਾਂ ਦਾ ਕਿ ਮੈਂ ਲੜ ਬਹੁਤ ਛੇਤੀ ਪੈਂਦਾ ਕਿਸੇ ਦੇ ਨਾਲ। ਅਤੇ ਉਦੋਂ ਸੀਗਾ ਚਲੋ, ਹੁਣ ਬੰਦਾ ਜਦੋਂ ਕਬੀਲਦਾਰੀ ਵਿਆਹ ਹੋ ਜਾਂਦਾ ਹੌਲੀ 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 ਠੰਡਾ ਹੋਈ ਜਾਂਦਾ ਬੰਦਾ ਆਪ ਹੀ ਗੁੱਸਿਆ, ਅਤੇ ਉਦੋਂ ਮੈਂ ਲੜ ਪੈਂਦਾ ਹੁੰਦਾ ਸੀਗਾ ਅਤੇ ਕੰਮ ਛੱਡ ਦੇਣਾ, ਇੱਕ ਦੂਜਾ ਫੜ ਲੈਣਾ, ਪਰ ਕੀਤਾ ਹਮੇਸ਼ਾ ਕੰਮ। ਰਾਤ ਦੇ 4-3 ਵਜੇ ਵੀ ਮੈਂ ਕੰਮ ਕਰਕੇ ਆਉਂਦਾ ਰਿਹਾ, ਸਵੇਰ ਨੂੰ ਚਲ ਜਾਣਾ 10 ਵਜੇ, ਰਾਤ ਦੇ 3-3 ਵਜੇ ਆਉਣਾ ਕੰਮ ਤੋਂ, 300 ਰੁਪਈਏ ਪਿੱਛੇ। ਫਿਰ ਨਾ ਜਦੋਂ ਜ਼ਿੰਦਗੀ ਦੇ ਵਿੱਚ ਮਾੜੇ ਹਾਲਾਤ ਹੁੰਦੇ ਨਾ, ਤਾਂ ਅਕਸਰ ਅਸੀਂ ਇੱਦਾਂ ਦੀਆਂ ਕਹਾਣੀਆਂ ਸੁਣਦੇ ਵੀ ਜਿੱਦਾਂ ਹੁਣ ਤੁਹਾਡਾ ਰਿਲੇਸ਼ਨ ਸੀਗਾ, ਤੁਸੀਂ ਇੱਕ ਦੂਸਰੇ ਦੇ ਨਾਲ ਸੀਗੇ, ਹੈ ਨਾ, ਕੁੜੀ ਛੱਡ ਜਾਂਦੀ ਜਾਂ ਮੁੰਡਾ ਛੱਡ ਜਾਂਦਾ ਜੇ ਕਿਸੇ ਦੇ ਇੱਕ ਬੰਦੇ ਦੇ ਮਾੜੇ ਹਾਲਾਤ ਹੁੰਦੇ, ਅਤੇ ਤੁਸੀਂ ਇਹਨਾਂ ਦੇ ਹਰ ਇੱਕ ਹਾਲਾਤ ਦੇ ਵਿੱਚ ਇਹਨਾਂ ਦੇ ਨਾਲ ਸੀਗੇ, ਹੈ ਨਾ, ਵੀ ਜਿੱਦਾਂ ਦੇ ਵੀ ਹਾਲਾਤ ਬਣਦੇ ਸੀਗੇ, ਕਦੀ ਦਿਲ ਦੇ ਵਿੱਚ ਆਇਆ ਕਿ ਮੈਂ ਕਿਤੇ ਹੋਰ ਵਿਆਹ ਕਰਾ ਲਾਂ, ਹੋਰ ਕਿਤੇ ਵਧੀਆ ਜਗ੍ਹਾ 'ਤੇ ਮੈਂ ਸੈਟਲ ਹੋ ਸਕਦੀ ਹਾਂ, ਹੈ ਨਾ, ਵੀ ਮੇਰਾ ਫਿਊਚਰ ਕੀ ਆ, ਕਦੀ ਇੱਦਾਂ ਦੇ ਦਿਮਾਗ 'ਚ ਥੋਟ ਆਏ ਸੀਗੇ? ਨਹੀਂ, ਕਦੀ ਵੀ ਨਹੀਂ, ਕਦੀ ਵੀ ਨਹੀਂ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਅੰਡਰਸਟੈਂਡਿੰਗ ਬਹੁਤ ਸੀ, ਮੈਂ ਸਮਝਦੀ ਬਹੁਤ ਸੀ ਕਿਸੇ ਦੇ ਹਾਲਾਤ, ਕਿਉਂਕਿ ਟਾਈਮ ਚੇਂਜ ਹੁੰਦੇ ਨੂੰ ਕਹਿੰਦੇ ਵਕਤ ਨਹੀਂ ਲੱਗਦਾ ਜੇ ਤੁਸੀਂ ਮਿਹਨਤ ਕਰਦੇ, ਕਿਉਂਕਿ ਇਹ ਬਹੁਤ ਜ਼ਿਆਦਾ ਮਿਹਨਤੀ ਸੀ ਜਿੱਦਾਂ ਕੰਮ ਕਰਦੇ ਸੀ, ਸਾਨੂੰ ਸੀ ਸਾਡਾ ਵਿਆਹ ਹੋ ਜੂਗਾ, ਕੋਈ ਨਾ ਆਪਾਂ ਘੱਟ ਖਾ ਲਾਂਗੇ ਲੇਕਿਨ ਰਹਿਣਾ ਇਕੱਠਿਆਂ ਨੇ, ਆ ਮੈਂ ਵੀ ਕਰੂੰਗੀ ਇਹ ਵੀ ਕਰੂੰਗੇ, ਹੌਲੀ ਹੌਲੀ ਘਰ ਦੇ ਹਾਲਾਤ ਚੇਂਜ ਹੋਵਾਂਗੇ। ਜੇ ਤੁਸੀਂ ਪੋਜ਼ਿਟਿਵ ਸੋਚੋ ਤੁਹਾਡੇ ਨਾਲ ਪੋਜ਼ਿਟਿਵ ਹੋਊਗਾ, ਜੇ ਤੁਸੀਂ ਪਹਿਲਾਂ ਹੀ ਸੋਚ ਲਓ ਨੈਗੇਟਿਵ, ਨਹੀਂ ਮੈਂ ਕਿਤੇ ਹੋਰ ਚੱਲ ਜਾਂਦੀ, ਇਹ ਤਾਂ ਐਵੇਂ ਆ ਗਰੀਬ ਆ, ਜਾਂ ਫਿਰ ਕੰਮ ਕਰਦੇ ਤਾਂ ਪਾਪਾ ਵੀ ਨਹੀਂ ਹੈਗੇ, ਘਰ ਵੀ ਇੱਦਾਂ ਦਾ ਆ, ਮੈਂ ਕਿਤੇ ਹੋਰ ਵਿਆਹ ਕਰਦੀ ਹਾਂ, ਮੈਂ ਕਦੀ ਇੱਦਾਂ ਦਾ ਸੋਚਿਆ ਨਹੀਂ ਸੀ, ਕਿਉਂਕਿ ਸ਼ੁਰੂ ਤੋਂ ਮੇਰੀ ਉਹ ਸੋਚ ਨਹੀਂ ਸੀ ਬਾਕੀਆਂ ਵਰਗੀ, ਮਤਲਬ ਹਾਂ ਜਿਹੜੇ ਸੋਚਦੇ ਉਹ ਵੀ ਗਲਤ ਨਹੀਂ ਹੈਗੇ, ਮਤਲਬ ਮੇਰੀ ਸੋਚ ਨਹੀਂ ਸੀ, ਮੈਂ ਇਹਨਾਂ ਨੂੰ ਕਦੀ ਦੂਰ ਨਹੀਂ ਰਹਿ ਸਕਦੀ ਨਾ ਇਹਨਾਂ ਤੋਂ, ਨਾ ਹੀ ਕਦੀ ਮੈਂ ਛੱਡ ਸਕਦੀ ਸੀ, ਤਾਂ ਕਰਕੇ ਫਿਰ ਮੈਂ ਹਮੇਸ਼ਾ ਨਾਲ ਹੀ ਸੀ ਇਹਨਾਂ 'ਤੇ। ਅੱਛਾ, ਗੱਲ ਅਸੀਂ ਕਰਦੇ ਸੀ ਪਹਿਲਾਂ, ਤਾਂ ਕਹਿੰਦੇ ਵੀ 40 ਰੁਪਏ ਦੇ ਵਿੱਚ ਵੀ ਦੋਨਾਂ ਨੇ ਗੁਜ਼ਾਰਾ ਕੀਤਾ ਆ, ਹੈ ਨਾ, ਜਦੋਂ ਵਿਆਹ ਕੇ ਆਉਂਦੇ ਹਾਂ ਉਦੋਂ ਘਰ ਦੇ ਹਾਲਾਤ ਕਿੱਦਾਂ ਦੇ ਸੀਗੇ? ਐਕਚੁਲੀ ਉਦੋਂ ਸਾਨੂੰ ਜਦੋਂ ਸਾਡਾ ਵਿਆਹ ਹੋਇਆ ਸੀ ਉਦੋਂ ਲੋਕਡਾਊਨ ਸੀ, ਸਾਡੇ ਨਹੀਂ ਸੀ, ਮੈਨੂੰ ਲੱਗਦਾ ਬਹੁਤ ਜਾਣੇ ਸੀ ਇੱਦਾਂ ਦੇ ਜਿਨ੍ਹਾਂ ਦੀ ਘਰ ਦੀ ਰੋਟੀ ਬੰਦ ਹੋ ਚੁੱਕੀ ਸੀ ਨਾ, ਸਾਡੀ ਵੀ ਉਹ ਹਾਲਾਤ ਸੀ, ਅਤੇ ਫਿਰ ਕੁਛ ਮਤਲਬ ਮੈਂ ਕਿੱਦਾਂ ਕਹਾਂ ਕਿ ਤੁਸੀਂ ਇਹ ਗੱਲ ਤਾਂ ਇਹਨਾਂ ਨੇ ਪੁੱਛ ਲਓ ਕਿਵੇਂ ਕੀਤਾ ਕਿਵੇਂ ਨਹੀਂ। ਜਦੋਂ ਇਹ ਆਏ ਆ ਵਿਆਹ ਕੇ ਅਤੇ ਬਹੁਤ ਜ਼ਿਆਦਾ ਮੰਦੀ ਹਾਲਤ ਸੀ, ਤੁਹਾਨੂੰ ਪਤਾ ਜਿਵੇਂ ਇਹਨਾਂ ਨੇ ਦੱਸਿਆ ਕਿ ਸਾਰਿਆਂ ਦੀ ਸੀ ਮੋਸਟਲੀ, ਹੈ ਨਾ, ਅਤੇ ਤੁਹਾਨੂੰ ਪਤਾ ਤਾਂ ਮੈਂ ਕੰਮ ਵੀ ਇੰਨਾ ਕੁਝ ਜ਼ਿਆਦਾ ਨਹੀਂ ਕਰਦਾ ਸੀ, ਹੈ ਨਾ, ਕਿ ਮੇਰੀ ਬਹੁਤ ਜ਼ਿਆਦਾ ਸੈਲਰੀ ਹੋਵੇ ਅਤੇ ਮੈਂ ਸੇਵਿੰਗ ਕਰਕੇ ਰੱਖ ਲਵਾਂ, ਇੰਨੀ ਕੁ ਸੀਗੀ ਕਿ ਜਿੰਨਾ ਆਉਂਦਾ ਸੀ ਉਨਾ ਹੀ ਘਰ ਦੇ ਗੁਜ਼ਾਰੇ ਵਿੱਚ ਲੱਗ ਜਾਂਦਾ ਸੀ ਸਾਰਾ, ਬਚਦਾ ਨਹੀਂ ਸੀ ਕੁਛ ਵੀ। ਅਤੇ ਜਦੋਂ ਲੋਕਡਾਊਨ ਲੱਗਾ ਕੁਛ ਵੀ ਨਹੀਂ ਸੀਗਾ ਕੋਲ, ਕੁਛ ਮਾੜੇ ਮੋਟੇ ਪੈਸੇ ਹੋਣੇ ਉਹ ਵੀ ਖਰਚ ਹੋ ਗਏ ਜਦੋਂ ਸਾਡਾ ਵਿਆਹ ਹੋਣ ਵਾਲਾ ਸੀ ਨਾ, ਕੁਛ ਕੁ ਮਤਲਬ ਥੋੜ੍ਹੇ ਬਹੁਤੇ ਪੈਸੇ ਬਚੇ ਸੀ, ਅਤੇ ਜਦੋਂ ਸਾਡਾ ਵਿਆਹ ਹੋਇਆ ਉਹ ਵੀ ਉਦੋਂ ਲੱਗ ਗਏ, ਹੈ ਨਾ। ਅਤੇ ਫਿਰ ਜਦੋਂ ਆਉਂਦੇ ਆ ਇਹ, ਅਤੇ ਉਦੋਂ ਮੈਂ ਮਾੜਾ ਮੋਟਾ ਔਨਲਾਈਨ ਕੰਮ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਚਲੋ ਹੁਣ, ਕਿਉਂਕਿ ਕੰਮ ਤਾਂ ਹੈ ਹੀ ਨਹੀਂ ਸੀ ਉਦੋਂ, ਪਤਾ ਸੀ, ਪਤਾ ਲੱਗ ਚੁੱਕਾ ਸੀ ਵੀ ਬਾਹਰ ਨਹੀਂ ਹੋਣਾ ਹੁਣ ਕੰਮ ਕੋਈ ਵੀ।
ਅਤੇ ਸ਼ੁਰੂਆਤ ਦੇ ਵਿੱਚ ਤੁਹਾਨੂੰ ਪਤਾ ਕੋਈ ਵੀ ਕੰਮ ਇੱਦਾਂ ਹੁੰਦਾ ਜਦੋਂ ਆਪਾਂ ਖੁਦ ਆਪਣਾ ਕੋਈ ਬਿਜ਼ਨਸ ਸਟਾਰਟ ਕਰਦੇ ਹਾਂ ਤਾਂ ਪੈਸੇ ਲੱਗਦੇ ਹੀ ਆ, ਆਉਂਦਾ ਕੁਛ ਨਹੀਂ ਹੁੰਦਾ ਉਸ ਤੋਂ, ਅਤੇ ਬਟ ਹਿੰਮਤ ਨਹੀਂ ਛੱਡੀ ਉਦੋਂ, ਅਤੇ ਇਹਨਾਂ ਨੇ ਵੀ ਉਦੋਂ ਇੱਦਾਂ ਸੀ ਵੀ ਮੈਂ ਇਹਨਾਂ ਦੀ ਇਸ ਚੀਜ਼ ਦੀ ਸਿਫਤ ਕਰਦਾ ਵੀ ਕਦੀ ਇਹਨਾਂ ਨੇ ਮੈਨੂੰ ਇੱਦਾਂ ਨਹੀਂ ਫੀਲ ਕਰਾਇਆ ਵੀ ਮੈਂ ਕਿੱਥੋਂ ਆਈ ਹਾਂ, ਕਿਵੇਂ ਦੇ ਘਰ 'ਚੋਂ ਆਈ ਹਾਂ, ਕਿਵੇਂ ਦਾ ਮੇਰੇ ਉੱਥੇ ਸੀਗੇ, ਹੈ ਨਾ, ਮਤਲਬ ਸਿਸਟਮ ਕਿ ਚੰਗਾ ਸੀ ਜਾਂ ਬੁਰਾ ਸੀ, ਹੈ ਨਾ, ਅਤੇ ਮੈਂ ਇੱਥੇ ਕਿਵੇਂ ਰਹਿ ਰਹੀ ਹਾਂ, ਮੈਨੂੰ ਆਦਤ ਨਹੀਂ, ਉਹਨਾਂ ਨੂੰ ਆਦਤ ਨਹੀਂ ਸੀ ਇਸ ਹਾਲਾਤ ਦੀ, ਫਿਰ ਵੀ ਇਹਨਾਂ ਨੇ ਮਤਲਬ ਆਪਣੇ ਆਪ ਨੂੰ ਉਸ ਚੀਜ਼ 'ਤੇ ਢਾਲਿਆ ਅਤੇ ਮੈਨੂੰ ਕਦੀ ਫੀਲ ਨਹੀਂ ਹੋਣ ਦਿੱਤਾ ਇਸ ਚੀਜ਼ 'ਤੇ। ਜਦੋਂ ਹੈ ਨਹੀਂ ਸੀ ਕੁਛ, ਇਹਨਾਂ ਨੇ ਕੁਛ ਨਹੀਂ ਮੰਗਿਆ ਕਦੀ ਮੇਰੇ ਕੋਲੋਂ ਕਿ ਮੈਨੂੰ ਆਹ ਚੀਜ਼ ਲੈ ਦੇ ਜਾਂ ਉਹ ਲੈ ਦੇ। ਇਹਨਾਂ ਦੇ ਕੋਲ ਜਦੋਂ ਕੋਈ ਕੱਪੜਾ ਵੀ ਨਹੀਂ ਸੀਗਾ, ਮਤਲਬ ਮੈਨੂੰ ਯਾਦ ਆ ਕਿ ਦੋ ਕੁ ਸੂਟ ਸੀਗੇ ਬਸ, ਵਿਚਾਰੇ ਉਹੀ ਪਾਉਂਦੇ ਹੁੰਦੇ ਸੀਗੇ ਇਹ, ਹਾਂਜੀ ਦੋ ਤਿੰਨ ਸੂਟ ਸੀਗੇ, ਅਤੇ ਮੇਰੀ ਸਿਸਟਰ ਆ ਉਹਦੇ ਸੂਟ ਪਾਉਂਦੇ ਹੁੰਦੇ ਸੀਗੇ, ਆਪਦਾ ਕੋਈ ਨਹੀਂ ਸੀਗਾ ਇਹਨਾਂ ਦੇ ਕੋਲ, ਕਿਉਂਕਿ ਜਦੋਂ ਹਾਂ ਨਾ ਕਦੀ ਮੰਗਿਆ, ਕਿਉਂਕਿ ਵਿਆਹੀ ਕੁੜੀ ਜਦੋਂ ਆਉਂਦੀ ਨਵੇਂ ਨਵੇਂ ਸੂਟ ਲੈ ਕੇ ਆਉਂਦੀ ਆ, ਹੈ ਨਾ, ਨਵੇਂ ਨਵੇਂ ਸੂਟ ਸਮਾ ਕੇ ਦਿੰਦੇ ਆ, ਉਹਨੂੰ ਕਿੰਨਾ ਚਾਅ ਹੁੰਦਾ ਹਰ ਇੱਕ ਚੀਜ਼ ਸੁਰਖੀ ਬਿੰਦੀ ਲਾਉਣ ਦਾ, ਹੈ ਨਾ, ਅਤੇ ਪਰ ਕੁਛ ਵੀ ਨਹੀਂ ਸੀਗਾ ਕੋਲ, ਮੈਨੂੰ ਯਾਦ ਆ ਕੁਛ ਵੀ ਨਹੀਂ ਸੀਗਾ ਕੋਲ ਉਹਦਾ। ਭਾਵ ਓਕੇ ਹੋ ਗਏ ਉੱਤੇ ਉਹ ਇਕੱਲਾ ਚਾਦ ਕਰਕੇ ਨਾ ਥੋੜ੍ਹਾ ਜਿਹਾ ਹੋ ਜਾਂਦਾ, ਕਿਉਂਕਿ ਹੁਣ ਆਪਾਂ ਕਦੀ ਤਾਂ ਸੋਚਿਆ ਨਹੀਂ ਪੋਜ਼ਿਟਿਵ ਰਹਿਣ ਦਾ, ਪੋਜ਼ਿਟਿਵ ਰਹਿਣ ਦਾ ਬਹੁਤ ਜ਼ਿਆਦਾ ਟਰਾਈ ਕਰੀਦਾ, ਲੇਕਿਨ ਜਦੋਂ ਸੋਚੀਦਾ ਫਿਰ ਰੋਣਾ ਨਿਕਲ ਜਾਂਦਾ ਖੁਦ ਦਾ, ਮਤਲਬ ਕਿੱਦਾਂ ਦੇ ਟਾਈਮ ਦੇਖਿਆ ਹੋਇਆ ਆ। ਤੁਸੀਂ ਰੋਣਾ ਨਹੀਂ ਹੈਗਾ, ਕੰਡੀਸ਼ਨ ਵੀ ਸਹੀ ਨਹੀਂ ਹੈ ਵੀ ਤੁਸੀਂ ਇਸ ਹਾਲਾਤ 'ਚ ਰੋਣਾ ਨਹੀਂ, ਤੁਸੀਂ ਪਲੀਜ਼ ਉਹਨਾਂ ਨੂੰ ਚੁੱਪ ਕਰਾਓ। ਇਹ ਚੀਜ਼ਾਂ ਸਾਨੂੰ ਸਟਰੋਂਗ ਕਰਦੀਆਂ, ਜਦੋਂ ਸਾਡੇ ਹਾਲਾਤ, ਅਸੀਂ ਕਿੱਥੋਂ ਉੱਠ ਕੇ ਕਿੱਥੇ ਤੱਕ ਪਹੁੰਚਦੇ ਹਾਂ, ਇਹ ਚੀਜ਼ਾਂ ਸਾਡੇ ਲਈ ਸਾਨੂੰ ਪੁਰਾਣੇ ਦਿਨ ਭੁੱਲਣੇ ਹੀ ਨਹੀਂ ਚਾਹੀਦੇ, ਹੈ ਨਾ, ਆਪਾਂ ਯਾਦ ਰੱਖਦੇ ਹਾਂ ਤਾਂ ਅਸੀਂ ਗਾਂ ਤੱਕ ਜਾਂਦੇ ਹਾਂ, ਹੈ ਨਾ। ਤੁਸੀਂ ਹੌਸਲਾ ਰੱਖੋ, ਪਰਮਾਤਮਾ ਨੇ ਇੱਥੇ ਤੱਕ ਤੁਹਾਨੂੰ ਲਿਆਂਦਾ, ਅੱਗੇ ਹੋਰ ਵੀ ਅੱਗੇ ਲੈ ਕੇ ਜਾਣਗੇ, ਹੈ ਨਾ। ਅੱਛਾ, ਬਹੁਤ ਕੁਛ ਤੁਸੀਂ ਫੇਸ ਕੀਤਾ, ਹੈ ਨਾ, ਅਤੇ ਆਪਾਂ ਉਹਦੇ ਬਾਰੇ ਗੱਲਾਂ ਕਰਦੇ, ਪਰ ਜਦੋਂ ਕੈਮਰੇ 'ਤੇ ਕਰਦੇ ਨਾ ਲੋਕ ਕਮੈਂਟ ਕਰਦੇ ਨੇ ਵੀ, ਜਿੱਦਾਂ ਤੁਸੀਂ ਦੱਸਿਆ ਸੀ ਵੀ ਉਹਨਾਂ ਨੂੰ ਕਮੈਂਟ ਕਰਦੇ ਹੁੰਦੇ ਸੀਗੇ ਕਿ ਤੂੰ ਕਿਸੇ ਚੰਗੇ ਬੰਦੇ ਨੂੰ ਡਿਜ਼ਰਵ ਕਰਦੀ ਆ, ਤੂੰ ਕਿੱਥੇ ਵਿਆਹ ਕਰਾ ਲਿਆ, ਤੂੰ ਗਰੀਬ ਦੇ ਘਰ ਵਿਆਹ ਕਰਾ ਲਿਆ, ਇੱਦਾਂ ਦੀਆਂ ਗੱਲਾਂ ਕਹਿੰਦੇ ਸੀ, ਕੀ ਕਮੈਂਟ ਆਉਂਦੇ ਸੀ? ਦੇਖੋ, ਆਪਾਂ ਕਹਿ ਸਕਦੇ ਹਾਂ ਹੋਰ ਤਾਂ ਕਿਸੇ ਨੂੰ ਨਹੀਂ ਪਤਾ ਸੀਗਾ, ਹੈ ਨਾ, ਜਿਹੜੇ ਜਾਣਦੇ ਸਾਨੂੰ ਪਰਸਨਲੀ ਉਹੀ ਲੋਕ ਇਹ ਚੀਜ਼ਾਂ ਜਾਣਦੇ ਸੀਗੇ, ਕਿਉਂਕਿ ਤੁਹਾਨੂੰ ਦੱਸਿਆ ਕਿ ਇਹ ਪਹਿਲਾਂ ਇਕੱਲੇ ਹੀ ਸ਼ੂਟ ਕਰਦੇ ਸੀ, ਕੋਈ ਵਲੋਗਿੰਗ ਨਹੀਂ ਕਰਦੇ ਸੀ, ਕੋਈ ਆਪਣਾ ਬਾਰੇ ਦੱਸਦੇ ਨਹੀਂ ਸੀਗੇ ਕਿ ਮੈਂ ਇੱਦਾਂ ਜਾਂ ਉੱਦਾਂ, ਹੈ ਨਾ, ਜਿਹੜੇ ਕੁਛ ਕੁ ਆਪਣੇ ਹੀ ਸੀਗੇ, ਮਤਲਬ ਕੁਛ ਜਾਣਦੇ, ਆਪਣੇ ਵੀ ਕਹਿ ਨਹੀਂ ਸਕਦੇ, ਰੱਬ ਜਾਣੇ ਕੌਣ ਸੀ, ਕਿਉਂਕਿ ਨਾਮ ਥੋੜ੍ਹੀ ਬੰਦੇ ਦਾ ਲਿਖਿਆ ਹੁੰਦਾ ਕੌਣ ਕਮੈਂਟ ਕਰ ਰਿਹਾ, ਹੈ ਨਾ, ਮੋਸਟਲੀ ਫੇਕ ਆਈਡੀਆਂ ਬਣਾ ਕੇ ਹੀ ਲੋਕ ਇਹੋ ਜਿਹੇ ਕਮੈਂਟ ਕਰਦੇ ਨੇ, ਕਿਉਂਕਿ ਕਿਸੇ 'ਚ ਹਿੰਮਤ ਨਹੀਂ ਹੁੰਦੀ ਬੰਦੇ 'ਚ ਸਿੱਧਾ ਮੂੰਹ 'ਤੇ ਬੋਲਣ ਦੀ, ਕਿ ਤੂੰ ਮਤਲਬ ਕਿਹੋ ਜਿਹੇ ਘਰ 'ਚ ਆ ਚੁੱਕੀ, ਜਦ ਮੈਂ ਤੁਹਾਨੂੰ ਦੱਸਿਆ ਕਿ ਕੁਛ ਵੀ ਨਹੀਂ ਸੀਗਾ, ਹੈ ਨਾ, ਕੋਲ ਉਦੋਂ, ਅਤੇ ਕਿਵੇਂ ਦੇ ਘਰ 'ਚ ਤੂੰ ਆ ਗਈ ਆ, ਕਿੱਥੇ ਤੂੰ ਕਿੱਦਾਂ ਸੀ, ਹੈ ਨਾ, ਤੂੰ ਚੰਗੇ ਭਲੇ ਘਰ 'ਚ ਜਾਣਾ ਸੀ, ਕਿਸੇ ਬਾਹਰਲੇ ਮੁੰਡੇ ਨਾਲ ਵਿਆਹ ਕਰਾਉਣਾ ਸੀ, ਕਿਸੇ ਅਮਰੀਕਾ ਕੈਨੇਡਾ ਵਾਲੇ ਨਾਲ, ਹੈ ਨਾ, ਇਹ ਕਿੱਥੇ ਗਰੀਬ ਜਿਹਾ, ਇਹਦੇ ਕੋਲ ਕੀ ਆ, ਹੈ ਨਾ, ਇੱਕ ਸਾਈਕਲ ਤੱਕ ਤਾਂ ਇਹਦੇ ਕੋਲ ਨਹੀਂ ਹੈਗਾ, ਅਤੇ ਕਿਵੇਂ ਦਾ, ਸ਼ਕਲ ਕਿੱਦਾਂ ਦੀ ਹੈ ਇਹਦੀ, ਠੀਕ ਆ, ਅਤੇ ਤੂੰ ਕਿੰਨੀ ਸੋਹਣੀ ਸੁਨੱਖੀ ਆ, ਅਤੇ ਇਹਦੀ ਸ਼ਕਲ ਕਿਵੇਂ ਦੀ ਆ, ਮਤਲਬ ਰੰਗ ਰੂਪ 'ਤੇ ਲੋਕ ਬਹੁਤ ਕਮੈਂਟ ਕਰਦੇ ਹੁੰਦੇ ਸੀਗੇ। ਮੈਂ ਐਕਚੁਲੀ ਉਦੋਂ ਕੈਮਰੇ ਸੋਹਣ ਮੈਂ ਸਾਹਮਣੇ ਹੁੰਦਾ ਵੀ ਨਹੀਂ ਸੀਗਾ, ਫਿਰ ਵੀ ਮੈਨੂੰ ਦੇਖਿਆ ਵੀ ਨਹੀਂ ਹੁੰਦਾ ਸੀ ਕਿਸੇ ਨੇ, ਫਿਰ ਵੀ, ਹੈ ਨਾ, ਮੇਰਾ ਨਾਂ ਲੈ ਕੇ ਲੋਕਾਂ ਨੇ ਜਾਣ ਕੇ ਕਮੈਂਟ ਕਰਨਾ, ਹੈ ਨਾ, ਅਤੇ ਬਟ ਆਪਾਂ ਹਿੰਮਤ ਨਹੀਂ ਛੱਡੀ, ਹੌਲੀ 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 ਮੈਂ ਵੀ ਕੰਮ ਕਰਦਾ ਗਿਆ, ਇਹ ਵੀ ਕੰਮ ਕਰਦੇ ਗਏ, ਹੈ ਨਾ, ਕੁਛ ਕੁ ਜੋੜਿਆ ਆਪਣਾ। ਫਿਰ ਸਭ ਤੋਂ ਪਹਿਲਾਂ ਯਾਦ ਆ ਸੀ ਆਪਣੀ ਇੱਕ ਬਾਈਕ ਲੈ ਕੇ ਆਉਂਦੀ ਸੀਗੀ, ਕਿਉਂਕਿ ਮੈਂ ਤੁਰ ਕੇ ਜਿੰਮ ਜਾਂਦਾ ਹੁੰਦਾ, ਮੈਂ ਸੋਚਦਾ ਸੀ ਕਿ ਆਪਾਂ ਇਕੱਠਿਆਂ ਨੇ ਵੀਡੀਓ ਬਣਾਉਣੀ ਹੁਣ ਸ਼ੁਰੂ ਕਰਦੇ ਹਾਂ, ਵੀ ਲੋਕ ਕਮੈਂਟ ਬਹੁਤ ਕਰਦੇ ਆ, ਹੈ ਨਾ, ਲੋਕਾਂ ਨੂੰ ਇਸ ਚੀਜ਼ ਦੀ ਬਹੁਤ ਹੁੰਦਾ ਵੀ ਇਹ ਇਕੱਲੀ ਕਾਹਤੇ ਵੀਡੀਓ ਬਣਾਉਂਦੀ ਆ, ਕੁਛ ਲਾਉਂਦੀ ਪਾਉਂਦੀ ਨਹੀਂ ਹੈਗੀ, ਹੈ ਨਾ, ਠੀਕ ਆ, ਕਿਸੇ ਨੂੰ ਪਤਾ ਨਹੀਂ, ਕਿਸ ਕੀ ਸੋਚਦੇ ਕਿ ਸ਼ਾਇਦ ਅਸੀਂ ਜਾਣ ਕੇ ਨਹੀਂ ਆਪਣਾ ਵਿਆਹ ਸ਼ੋ ਕਰਦੇ ਕਿਸੇ ਨੂੰ, ਬਟ ਸਾਡੇ ਮਾਇੰਡ 'ਚ ਇੱਦਾਂ ਦਾ ਕੁਛ ਨਹੀਂ ਸੀਗਾ, ਸ਼ੌਂਕ ਦੀ ਗੱਲ ਹੁੰਦੀ ਆਪਣੇ ਆਪਣੇ, ਹੈ ਨਾ, ਕਿਉਂਕਿ ਸਾਡੇ ਕੋਲ ਪੈਸਾ ਹੈ ਨਹੀਂ ਸੀਗਾ ਇੰਨਾ ਕਿ ਇਹ ਕੁਛ ਲਾ ਪਾ ਸਕਣ, ਸੁਰਖੀ ਬਿੰਦੀ ਲਾਉਣ ਜਾਂ ਕੁਛ ਕਰਨ, ਹੈ ਨਾ, ਠੀਕ ਆ, ਮੈਂ ਵੀ ਆਪਣੇ ਕੰਮ 'ਤੇ ਫੋਕਸ ਕਰਿਆ ਹੋਇਆ ਸੀ ਅਤੇ ਇਹਨਾਂ ਨੇ ਵੀ ਆਪਣੇ ਕੰਮ 'ਤੇ ਫੋਕਸ ਕਰਿਆ ਹੋਇਆ ਸੀਗਾ ਉਸ ਟਾਈਮ 'ਤੇ, ਦੋਨੇ ਕੰਮ ਕਰਕੇ ਆਪਣਾ ਜੋੜ ਰਹੇ ਸੀ, ਕਮਾ ਰਹੇ ਸੀ ਕਿ ਇੰਨੇ ਜੋਗੇ ਹੋਵਾਂਗੇ, ਕੁਛ ਕਰਾਂਗੇ, ਸ਼ੌਂਕ ਪਗਾਵਾਂਗੇ ਆਪਣੇ। ਉਦੋਂ ਨਹੀਂ ਸੀ ਸਾਡੇ ਕੋਲ ਸਿੱਧੀ ਜੀ ਗੱਲ, ਉਦੋਂ ਕੁਛ ਵੀ ਨਹੀਂ ਸੀਗਾ, ਤੁਹਾਨੂੰ ਮੈਂ ਜਿਵੇਂ ਦੱਸਿਆ ਕਿ ਕਿਵੇਂ ਆਪਣਾ ਨਾ ਸੌਖੀ ਬਿੰਦੀ ਲਾ ਕੇ ਚੂੜਾ ਪਾ ਕੇ ਘੁੰਮਦੇ ਇਹ, ਜਾਂ ਸੂਟ ਨਵੇਂ ਨਵੇਂ ਪਾ ਕੇ ਘੁੰਮਦੇ, ਜਦ ਪੈਸਾ ਹੀ ਹੈ ਨਹੀਂ ਕੋਲ ਸਾਡੇ ਉਸ ਚੀਜ਼ ਨੂੰ ਲੈਣ ਵਾਸਤੇ,
ਜੋ ਚੀਜ਼ ਸਾਡੇ ਤੋਂ ਹੈ ਹੀ ਨਹੀਂ ਉਹ ਆਪਾਂ ਸ਼ੋਅ ਆਫ ਵੀ ਨਹੀਂ ਕਰ ਸਕਦੇ ਨਾ ਜੋ ਆਪਣੇ ਸ਼ੌਂਕ ਪੈਸੇ ਨਾਲ ਹੀ ਪੁਗਾਏ ਜਾਂਦੇ ਅੱਜ ਦੇ ਕੱਲ੍ਹ ਅੱਜ ਦੇ ਟਾਈਮ 'ਚ ਜੇ ਤੁਹਾਡੇ ਕੋਲ ਪੈਸਾ ਹੈਗਾ ਤਾਂ ਹੀ ਸਭ ਕੁਛ ਆ ਰੋਟੀ ਪਾਣੀ ਤੁਸੀਂ ਖਾ ਸਕਦੇ ਕੱਪੜੇ ਪਾ ਸਕਦੇ ਹਾਂ ਜੇ ਤੁਸੀਂ ਪੈਸਾ ਹੀ ਨਹੀਂ ਹੈਗਾ ਤਾਂ ਫਿਰ ਕੁਛ ਵੀ ਨਹੀਂ ਹੈਗਾ ਜ਼ਿੰਦਗੀ ਖਤਮ ਹੀ ਹੈ ਇੱਕ ਤਰ੍ਹਾਂ ਦੀ ਨਾ ਜੀ ਸਕਦੇ ਪੈਸੇ ਬਿਨਾਂ ਨਾ ਹੀ ਜੀ ਨਾ ਹੀ ਮਾਰ ਸਕਦੇ ਹਾਂ ਮੈਂ ਤਾਂ ਇਹੀ ਸੋਚਦੀ ਹਾਂ ਮਨੀ ਬਹੁਤ ਜ਼ਿਆਦਾ ਇੰਪੋਰਟੈਂਟ ਅੱਜ ਦੇ ਟਾਈਮ 'ਚ ਸਰ ਲੋਕ ਘਰ ਦੀਆਂ ਕੰਧਾਂ ਤੱਕ ਭਾਂਡਿਆਂ ਤੱਕ ਕਮੈਂਟ ਕਰ ਦਿੰਦੇ ਤੁਹਾਨੂੰ ਹਾਂਜੀ ਤੁਹਾਨੂੰ ਦੱਸਿਆ ਜਿਵੇਂ ਇੱਕ ਥੋੜ੍ਹੇ ਦਿਨ ਰੀਸੈਂਟਲੀ ਕਮੈਂਟ ਆਇਆ ਕਿ ਇੱਕ ਬਲੌਗ ਸੀ ਸਾਡਾ ਖੀਰ ਰਾਤ ਦੇ 3 ਵਜੇ ਖੀਰ ਬਣਾ ਕੇ ਖਾਣ ਲੱਗੇ ਸੀ ਅਤੇ ਉਹ ਭਾਂਡਾ ਕੁਛ ਇੱਦਾਂ ਦਾ ਸੀ ਕਿ ਮਤਲਬ ਲੱਗ ਰਿਹਾ ਸੀ ਕਿ ਜ਼ਿਆਦਾ ਮਤਲਬ ਹਾਲਤ ਖਰਾਬ ਸੀ ਭਾਂਡੇ ਦੀ ਅਤੇ ਕਿਸੇ ਨੇ ਕਮੈਂਟ ਕਰਿਆ ਵੀ ਇਸ ਤੋਂ ਚੰਗੇ ਭਾਂਡੇ ਤਾਂ ਕਹਿੰਦੇ ਬੈਗਰਸ ਕੋਲ ਹੁੰਦੇ ਆ ਐਵੇਂ ਜਿਵੇਂ ਕਮੈਂਟ ਕਰਿਆ ਤੁਹਾਨੂੰ ਮੈਂ ਦੱਸ ਰਿਹਾ ਕਿ ਇਸ ਤੋਂ ਚੰਗੇ ਭਾਂਡੇ ਤਾਂ ਬੈਗਰਸ ਕੋਲ ਹੁੰਦੇ ਆ ਅਤੇ ਕਿੱਦਾਂ ਦੇ ਗਰੀਬ ਜੇ ਕਹਿੰਦੇ ਨਾ ਬਲੌਗਿੰਗ ਤੋਂ ਛੱਡ ਕੇ ਕਹਿੰਦੇ ਕਦੀ ਭਾਂਡੇ ਵੀ ਲਿਆਓ ਘਰ ਦੇ ਆਪਣੇ ਠੀਕ ਆ ਅਤੇ ਮੈਂ ਕਿਹਾ ਅੱਗੇ ਲੋਕ ਕੁਛ ਦੇਖ ਕੇ ਜੱਜ ਕਰਦੇ ਹੁੰਦੇ ਸੀ ਹੁਣ ਭਾਂਡੇ ਦੇਖ ਕੇ ਜੱਜ ਕਰਨਾ ਸ਼ੁਰੂ ਕਰਤਾ ਲੋਕਾਂ ਨੇ ਅਤੇ ਮੈਂ ਵੀ ਰਿਪਲਾਈ ਕੀਤਾ ਮੈਂ ਕਿਹਾ ਅੰਬਾਨੀ ਖਾਨਦਾਨ ਤੋਂ ਸਾਨੂੰ ਮੈਂ ਕਮੈਂਟ ਆਉਣ ਲੱਗ ਪਿਆ ਸਾਨੂੰ ਬਹੁਤ ਵਧੀਆ ਲੱਗਾ ਮੈਂ ਕਿਹਾ ਪਰਮਾਤਮਾ ਤੁਹਾਨੂੰ ਐਲਨ ਮਸਕ ਤੱਕ ਵੀ ਅੱਗੇ ਲੈ ਕੇ ਜਾਵੇ ਅਤੇ ਤੁਹਾਨੂੰ ਹੋਰ ਜ਼ਿਆਦਾ ਤਰੱਕੀਆਂ ਬਖਸ਼ੇ ਪਰਮਾਤਮਾ ਮੈਂ ਕਿਹਾ ਅਸੀਂ ਗਰੀਬ ਬੰਦੇ ਹਾਂ ਮੈਂ ਕਿਹਾ ਸਾਡੇ ਪਰਿਵਾਰਾਂ ਦੇ ਵਿੱਚ ਗਰੀਬ ਘਰਾਂ ਦੇ ਵਿੱਚ ਮੈਂ ਕਿਹਾ ਦਾਦੇ ਪੜਦਾਦਿਆਂ ਨੇ ਟਾਈਮ 'ਤੇ ਅਸੀਂ ਭਾਂਡੇ ਸਾਂਭ ਕੇ ਰੱਖੇ ਹੁੰਦੇ ਆ ਅਤੇ ਮੈਂ ਕਿਹਾ ਉਹੀ ਵਰਤਦੇ ਹਾਂ ਠੀਕ ਆ ਮੈਂ ਕਿਹਾ ਅਸੀਂ ਨਹੀਂ ਹੈਗੇ ਇੰਨੇ ਯੋਗੇ ਕਿ ਅਸੀਂ ਆਪਣੇ ਖਰਾਬ ਭਾਂਡੇ ਸੁੱਟ ਦਈਏ ਅਸੀਂ ਤਾਂ ਮੈਂ ਕਿਹਾ ਜੀ ਵਰਤਾਂਗੇ ਇੱਦਾਂ ਬਸ ਜਦੋਂ ਨੈਗੇਟਿਵ ਕਮੈਂਟ ਆਉਂਦੇ ਆ ਇੱਦਾਂ ਦੇ ਅਤੇ ਉਹ ਇੰਪੈਕਟ ਹੁੰਦਾ ਤੁਹਾਡੇ 'ਤੇ ਇਫੈਕਟ ਪੈਂਦਾ ਉਹਦਾ ਵੈਸੇ ਮੇਰੇ 'ਤੇ ਕਾਫੀ ਘੱਟ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਪਹਿਲਾਂ ਵੀ ਸੀ ਇਸ ਇੰਡਸਟਰੀ ਵਿੱਚ ਵਿਆਹ ਤੋਂ ਪਹਿਲਾਂ ਵੀ ਹੈ ਨਾ ਤਾਂ ਮੈਨੂੰ ਆਦਤ ਪੈ ਚੁੱਕੀ ਸੀ ਨਾ ਇੱਕ ਹੋ ਜਾਂਦਾ ਕਿ ਸੁਣਨੀਆਂ ਹੀ ਪੈਣੀਆਂ ਇਹਨਾਂ ਦੀਆਂ ਹੈ ਨਾ ਜਦੋਂ ਇਹ ਆਏ ਥੋੜ੍ਹੇ ਜਿਹੇ ਗੁੱਸੇ ਵਾਲੇ ਜਿੱਦਾਂ ਤੁਹਾਨੂੰ ਇਹਨਾਂ ਨੇ ਦੱਸਿਆ ਇਹ ਹਰ ਇੱਕ ਦਾ ਰਿਪਲਾਈ ਕਰ ਦਿੰਦੇ ਹਾਂ ਕਈ ਵਾਰ ਐਵੇਂ ਹੋ ਜਾਂਦਾ ਕਈਆਂ ਦੇ ਰਿਪਲਾਈ ਇੰਨੇ ਜ਼ਿਆਦਾ ਸੋਰੀ ਕਮੈਂਟ ਇੰਨੇ ਜ਼ਿਆਦਾ ਗੰਦੇ ਹੁੰਦੇ ਆ ਕਿ ਦੇਖ ਕੇ ਇੱਦਾਂ ਹੋ ਜਾਂਦੇ ਯਾਰ ਮਤਲਬ ਕਿੱਦਾਂ ਦੇ ਲੋਕ ਆ ਮਤਲਬ ਕਿ ਸੋਚਦੇ ਨਹੀਂ ਕੁਛ ਕਮੈਂਟ ਕਰਨ ਵੇਲੇ ਕਿ ਅਗਲੇ ਬੰਦੇ ਨੂੰ ਕਿੰਨਾ ਹਰਟ ਹੋਊਗਾ ਕਈ ਵਾਰ ਹੋ ਜਾਂਦਾ ਬਹੁਤ ਜ਼ਿਆਦਾ ਫਿਰ ਮਨ ਨਹੀਂ ਕਰਦਾ ਕਿ ਕੰਮ ਆਪਣਾ ਛੱਡ ਦੇਈਏ ਜਾਂ ਫਿਰ ਇੱਦਾਂ ਬਹੁਤ ਇੱਦਾਂ ਹੁੰਦਾ ਦਿਲ ਵਿੱਚ ਹੈ ਨਾ ਤਾਂ ਕਰਕੇ ਬਟ ਆਪਾਂ ਪੋਜ਼ਿਟਿਵ ਰਹੀਦਾ ਕੋਈ ਚੱਕਰ ਨਹੀਂ ਕਰਨਾ ਹੀ ਪੈਣਾ ਹੁਣ ਸੁਣਨੀਆਂ ਪੈਣੀਆਂ ਗੱਲਾਂ ਉਹਨਾਂ ਦੀਆਂ ਵੀ ਰੋਸਟ ਵੀ ਬਹੁਤ ਹੁੰਦੇ ਆ ਹੈ ਨਾ ਜ਼ਿਆਦਾਤਰ ਜਿਹੜੇ ਰੋਸਟ ਕਰਦੇ ਨੇ ਉਹ ਕਹਿੰਦੇ ਨੇ ਕਿ ਜਨਾਨੀ ਨੂੰ ਅੱਗੇ ਕਰਤਾ ਜਨਾਨੀ ਦੇ ਸਿਰ ਤੋਂ ਪੈਸੇ ਖਾਂਦਾ ਫਿਰ ਉਹ ਚੀਜ਼ਾਂ ਬੁਰੀਆਂ ਲੱਗਦੀਆਂ ਨੇ ਬਿਲਕੁਲ ਤੁਹਾਨੂੰ ਕੋਈ ਬੁਰਾ ਕਹੂੰਗਾ ਤਾਂ ਬਿਲਕੁਲ ਬੰਦੇ ਨੂੰ ਫੀਲ ਤਾਂ ਹੋਣਾ ਚਾਹੇ ਆਪਾਂ ਸ਼ੋਅ ਨਾ ਕਰੀਏ ਫੇਸ ਆਪਣੇ ਦੇ ਸਾਰੇ ਸਮਾਈਲ ਰੱਖੀਏ ਪਰ ਕਿਤੇ ਨਾ ਕਿਤੇ ਗੱਲ ਦਿਲ 'ਤੇ ਉਹ ਲੱਗਦੀ ਹੀ ਲੱਗਦੀ ਆ ਹੈ ਨਾ ਚਲੋ ਆਪਾਂ ਖਾ ਰਹੇ ਹਾਂ ਠੀਕ ਆ ਬਾਕੀ ਤਾਂ ਮੈਂ ਦੱਸਿਆ ਕਿ ਫਿਓਨਾ ਤਾਂ ਚਲੋ ਪਹਿਲਾਂ ਦੀ ਵੀਡੀਓ ਬਣਾਉਂਦੀ ਸੀ ਮੈਂ ਤਾਂ ਬਾਅਦ ਵਿੱਚ ਆਇਆ ਜਿਹੜੇ ਸ਼ੁਰੂ ਤੋਂ ਇਕੱਠੇ ਵੀ ਬਣਾ ਰਹੇ ਆ ਠੀਕ ਆ ਗਲਤ ਉਹ ਵੀ ਨਹੀਂ ਹੈਗੇ ਠੀਕ ਆ ਕਿਉਂਕਿ ਇਹ ਕਿੱਤਾ ਆ ਗੱਲਾਂ ਸਾਡਾ ਵੀ ਕਿੱਤਾ ਆ ਜਾਣਾ ਜਿੱਦਾਂ ਅਸੀਂ ਮੈਂ ਆਪਣਾ ਬਿਜ਼ਨਸ ਵੀ ਕਰ ਰਿਹਾ ਹਾਂ ਅਤੇ ਮੈਂ ਯੂਟਿਊਬ ਵੀ ਕਰ ਰਿਹਾ ਨਾਲ ਮੈਨੂੰ ਉੱਥੋਂ ਵੀ 4 ਪੈਸੇ ਆ ਰਹੇ ਮੈਂ ਆਪਣੇ ਕੰਮ ਤੋਂ ਵੀ 4 ਪੈਸੇ ਆ ਰਿਹਾ ਮੈਂ ਘਰ ਦੀ ਰੋਟੀ ਚੱਲਦੀ ਪਈ ਆ ਮੇਰੀ ਉਹਦੇ ਨਾਲ ਹੈ ਨਾ ਅਤੇ ਕਿਵੇਂ ਉਹ ਕੰਮ ਮਾੜਾ ਹੋ ਸਕਦਾ ਹੈ ਨਾ ਚਲੋ ਉਹਨਾਂ ਦੀ ਥਿੰਕਿੰਗ ਆ ਆਪਣੀ ਉਹ ਬੁਰਾ ਬੋਲਦੇ ਆ ਕੁਛ ਕੁ ਇੱਦਾਂ ਦੇ ਰੋਸਟਰਸ ਆ ਜਿਹੜੇ ਬੋਲਣ ਲੱਗੇ ਵੀ ਨਹੀਂ ਦੇਖਦੇ ਕਿ ਬੰਦੇ ਦਾ ਬੈਕਗਰਾਊਂਡ ਕੀ ਰਿਹਾ ਹੋਊਗਾ ਸੋਚਦੇ ਵੀ ਨਹੀਂ ਕਿ ਲੋਕਾਂ ਅੱਗੇ ਬੰਦੇ ਦੀ ਇਮੇਜ ਇੱਦਾਂ ਦੀ ਬਣਾਉਂਦੇ ਆ ਵੀ ਲੋਕ ਵੀ ਉਹਨਾਂ ਪਿੱਛੇ ਲੱਗ ਕੇ ਆ ਕੇ ਫਿਰ ਕਮੈਂਟ ਕਰਦੇ ਆ ਹੈ ਨਾ ਕਿਉਂਕਿ ਪਤਾ ਵੀ ਨਹੀਂ ਹੁੰਦਾ ਕਿ ਇਹਨਾਂ ਨੇ ਕੀ ਟਾਈਮ ਕੱਟਿਆ ਹੋਇਆ ਕਿਵੇਂ ਰਹਿੰਦੇ ਪਏ ਆ ਕਿੱਦਾਂ ਦੀ ਜ਼ਿੰਦਗੀ ਜੀ ਰਹੇ ਆ ਵਧੀਆ ਜੀ ਰਹੇ ਜਾਂ ਫਿਰ ਕਿੱਦਾਂ ਦੀ ਵੀ ਜੀ ਰਹੇ ਆ ਜਸਟ ਉਹ 10 ਸੈਕਿੰਡ ਦੀ ਜਾਂ ਫਿਰ 10 ਮਿੰਟ ਦੀ ਵੀਡੀਓ ਦੇਖ ਕੇ ਜੱਜ ਲਾ ਲੈਂਦੇ ਹੈ ਨਾ ਕਿ ਮਤਲਬ ਦੇਖਣ ਸੋਚਦੇ ਨਹੀਂ ਹੈਗੇ ਰੋਸਟਰ ਬੋਲਣ ਵੇਲੇ ਕਿ ਆਪਾਂ ਕੀ ਬੋਲਣਾ ਕਿਸੇ ਨੂੰ ਕੀ ਨਹੀਂ ਬੋਲਣਾ ਤੁਸੀਂ ਜਦੋਂ ਇਕੱਠੇ ਬਣਾਉਂਦੇ ਸੀ ਹੈ ਨਾ ਰੋਸਟ ਹੁੰਦੇ ਆ ਤੁਹਾਨੂੰ ਕਮੈਂਟਸ ਆਉਂਦੇ ਜੇ ਤੁਸੀਂ ਇਕੱਲੇ ਬਣਾਉਂਦੇ ਸੀ ਉਦੋਂ ਵੀ ਲੋਕ ਗੱਲਾਂ ਕਰਦੇ ਸੀਗੇ ਉਦੋਂ ਕੀ ਕਹਿੰਦੇ ਸੀ ਉਦੋਂ ਲੋਕ ਗੱਲਾਂ ਕਰਦੇ ਸੀ ਲੇਕਿਨ ਤੁਹਾਨੂੰ ਮੈਂ ਦੱਸਿਆ ਮੈਂ ਪੰਜਾਬ ਵਿੱਚ ਨਹੀਂ ਸੀ ਉਦੋਂ ਜ਼ਿਆਦਾ ਮੈਂ ਉਹਦੇ ਵਿੱਚ ਸੀ ਮੇਰਾ ਕੰਟੈਂਟ ਵਿੱਚ ਹਿੰਦੀ ਸੀ ਉਦੋਂ ਘੱਟ ਸੀ ਮਤਲਬ ਕਿ ਜਾਂ ਗੱਲਾਂ ਹੁੰਦੀਆਂ ਸੀ ਉਦੋਂ ਵੀ ਬਹੁਤ ਜ਼ਿਆਦਾ ਕਿ ਇਕੱਲੀ ਕਿਉਂ ਬਣਾਉਂਦੀ ਆ ਤੁਹਾਡੇ ਹਸਬੈਂਡ ਕਿੱਥੇ ਆ ਉਹਦੇ ਨਾਲ ਕਿਉਂ ਨਹੀਂ ਬਣਾਉਂਦੀ ਇਹ ਤਾਂ ਚੂੜਾ ਨਹੀਂ ਪਾਉਂਦੀ ਇਹ ਤਾਂ ਉਹ ਨਹੀਂ ਲਾਉਂਦੀ ਪਾਉਂਦੀ ਨਹੀਂ ਹੈਗੀ ਇਹ ਕੱਪੜੇ ਐਵੇਂ ਦੇ ਪਾਉਂਦੀ ਆ ਇਹ ਇਹਨੂੰ ਇੰਨੀ ਖੋਲ੍ਹ ਦਿੱਤੀ ਹੋਈ ਆ ਘਰ ਦੇ ਕੰਮ ਵੀ ਕਰ ਲਿਆ ਕਰੋ ਅਤੇ ਨੱਚਦੀ ਆ ਨੱਚ ਕੇ ਆਪਣਾ ਘਰ ਚਲਾਉਂਦੀ ਆ ਐਵੇਂ ਦੇ ਕਮੈਂਟ ਆਉਂਦੇ ਹੁੰਦੇ ਸੀ ਕਾਫੀ ਜ਼ਿਆਦਾ ਜਦੋਂ ਤੁਸੀਂ ਇੱਧਰ ਆਉਂਦੇ ਹੋ ਪੰਜਾਬੀ ਕੰਟੈਂਟ ਬਣਾਉਣਾ ਸ਼ੁਰੂ ਕਰਦੇ ਹੋ ਉਦੋਂ ਫਿਰ ਵੱਧ ਗਈਆਂ ਸੀਗੀਆਂ ਨੈਗੇਟਿਵ ਕਮੈਂਟ ਵੱਧ ਗਏ ਸੀ ਉਦੋਂ
ਉਦੋਂ ਤਾਂ ਬਹੁਤ ਹੀ ਜ਼ਿਆਦਾ ਜੇ ਬੈਡ ਕਮੈਂਟਸ ਆਏ ਵੀ ਆ ਤਾਂ ਇਹ ਆ ਕਿ ਪੰਜਾਬ ਵਾਲੇ ਨੇ ਸਾਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਆ। ਬੈਡ ਤੋਂ ਮੈਨੂੰ ਇਹ ਆ ਕਿ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਸਾਡੀ ਇੰਨੀ ਜੋੜੀ ਇੰਨੀ ਇਹਨਾਂ ਨੇ ਪਸੰਦ ਕੀਤੀ, ਇੰਨਾ ਜ਼ਿਆਦਾ ਪਿਆਰ ਦਿੱਤਾ, ਬਹੁਤ ਜ਼ਿਆਦਾ ਪਿਆਰ ਦਿੱਤਾ ਹੋਇਆ ਤਾਂ ਆਪਾਂ ਸਾਨੂੰ ਉਹ ਜ਼ਿਆਦਾ ਖੁਸ਼ੀ ਹੁੰਦੀ। ਸਾਨੂੰ ਇਸ ਕਰਕੇ ਬੈਡ ਕਮੈਂਟਸ ਦਿਖਦੇ ਹੀ ਨਹੀਂ ਹੈਗੇ ਜ਼ਿਆਦਾ, ਜਿੱਦਾਂ ਹਾਈਟ ਨਹੀਂ ਹੋ ਜਾਂਦੀ ਉਹ ਵਾਲੀ ਚੀਜ਼ ਹੋ ਜਾਂਦੀ। ਸਾਨੂੰ ਜਿਹੜੇ ਵਧੀਆ ਲੋਕ ਆ ਜਿਹੜੇ ਪਸੰਦ ਕਰਦੇ, ਕਿਉਂਕਿ ਸਾਨੂੰ ਬਹੁਤ ਹੀ ਜ਼ਿਆਦਾ ਪੰਜਾਬ ਨੇ ਪਿਆਰ ਦਿੱਤਾ ਹੋਇਆ ਸਾਨੂੰ ਦੋਵਾਂ ਨੂੰ, ਉਹ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ। ਬਹੁਤ ਸਾਰੇ ਇੰਟਰਵਿਊਜ਼ ਅਸੀਂ ਕੀਤੇ, ਬਹੁਤ ਮੈਂ ਨਹੀਂ ਕਹੂੰਗੀ ਕਿ ਹੈ ਨਹੀਂ, ਬਟ ਬਹੁਤ ਸਾਰੀਆਂ ਰੇਅਰ ਕੁੜੀਆਂ ਨੇ ਜਿਹੜੀਆਂ ਕਿ ਹਰ ਹਾਲਾਤ ਦੇ ਵਿੱਚ ਆਪਣੇ ਪਤੀ ਦਾ ਸਾਥ ਦਿੰਦੀਆਂ ਨੇ, ਹੈ ਨਾ। ਫਿਰ ਉਹਨਾਂ ਨੇ ਹਰ ਤਰ੍ਹਾਂ ਦਾ ਹਾਲਾਤ ਤੁਹਾਡੇ ਨਾਲ ਹੰਢਾਏ ਆ, ਜਿੱਦਾਂ ਦਾ ਵੀ ਤੁਹਾਡੇ ਹਾਲਾਤ ਰਹੇ ਤੁਹਾਡੇ ਨਾਲ ਰਹੇ ਨੇ, ਵਿਆਹ ਤੋਂ ਬਾਅਦ ਵੀ ਉੱਧਰ ਆਪਣੇ ਆਪ ਨੂੰ ਇੱਥੇ ਤੁਸੀਂ ਉਹ ਮੰਨਦੇ ਹੋ, ਭਾਗਿਆਸ਼ਾਲੀ ਮੰਨਦੇ ਹੋ ਵੀ ਤੁਸੀਂ ਲੱਕੀ ਮੰਨਦੇ ਹੋ ਆਪਣੇ ਆਪ ਨੂੰ ਕਿ ਤੁਹਾਨੂੰ ਇੱਦਾਂ ਦੀ ਵਾਈਫ ਮਿਲੀ ਆ। ਹਾਂਜੀ, ਮੈਂ ਆਪਣੇ ਆਪ ਨੂੰ ਕੋਈ ਕਈ ਲੋਕ ਵੀ ਕਮੈਂਟ ਕਰਦੇ ਕਿ ਤੂੰ ਬਹੁਤ ਲੱਕੀ ਆ, ਤੈਨੂੰ ਇੰਨੀ ਸੋਹਣੀ ਕੁੜੀ ਮਿਲੀ ਆ, ਹੈ ਨਾ, ਤੂੰ ਕਿੱਦਾਂ ਦਾ, ਤੈਨੂੰ ਕਿੰਨੀ ਸੋਹਣੀ ਵਾਈਫ ਮਿਲੀ ਆ। ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਸੋਹਣੀ ਮਿਲੀ ਆ, ਚਲੋ ਸੋਹਣੀ ਸੁਨੱਖੀ ਪਰਮਾਤਮਾ ਨੇ ਨਾ ਰੰਗ ਰੂਪ ਦਿੱਤਾ, ਠੀਕ ਆ, ਬਹੁਤ ਲੋਕਾਂ ਨੂੰ ਪਰਮਾਤਮਾ ਨੇ ਰੰਗ ਰੂਪ ਦਿੱਤਾ, ਪਰ ਦਿਲ ਚੰਗਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਬੰਦੇ ਦਾ, ਹੈ ਨਾ। ਜੇ ਤੁਹਾਡਾ ਦਿਲ ਨਾ ਚੰਗਾ ਤੁਹਾਡਾ ਕਦੀ ਨਿਭ ਨਹੀਂ ਸਕਦੀ। ਰੰਗ ਰੂਪ ਨੂੰ ਬੰਦਾ ਕਿੰਨਾ ਟਾਈਮ ਦੇਖ ਲੂੰਗਾ, ਇੱਕ ਦਿਨ, ਦੋ ਦਿਨ, ਚਾਰ ਦਿਨ, ਮਹੀਨਾ, ਦੋ ਮਹੀਨੇ, ਕਿੰਨੂ ਤੱਕ ਕਿੰਨਾ ਦੇਖ ਲੂੰਗਾ, ਹੈ ਨਾ। ਪਰ ਦਿਲ ਇੱਦਾਂ ਦੀ ਚੀਜ਼ ਆ, ਅੰਡਰਸਟੈਂਡਿੰਗ ਇੱਦਾਂ ਦੀ ਚੀਜ਼ ਆ, ਬੰਦੇ ਦੀ ਸਾਰੀ ਜ਼ਿੰਦਗੀ ਨਿਭ ਜਾਂਦੀ, ਕੋਈ ਪਤਾ ਵੀ ਨਹੀਂ ਲੱਗਦਾ। ਤੁਹਾਨੂੰ ਦੱਸਿਆ ਨਾ, 8.5 ਲੰਘ ਗਏ, ਸਾਨੂੰ ਪਤਾ ਨਹੀਂ ਲੱਗਾ ਕਿ ਕਦੋਂ ਨਿਕਲ ਗਏ। ਸਾਡੀ ਦੋਨਾਂ ਦੀ ਅੰਡਰਸਟੈਂਡਿੰਗ ਹੀ ਇੰਨੀ ਜ਼ਿਆਦਾ ਵਧੀਆ ਆ, ਇੱਕ ਦੂਸਰੇ ਨਾਲ ਸਾਡੀ ਪਿਆਰ, ਇੱਕ ਦੂਜੇ ਨੂੰ ਸਮਝਦੇ ਹਾਂ ਇੰਨਾ ਜ਼ਿਆਦਾ, ਇੱਕ ਦੂਸਰੇ ਦੀ ਗੱਲ ਸੁਣਦੇ ਹਾਂ, ਇੱਕ ਦੂਸਰੇ ਨੂੰ ਅਸੀਂ ਜੇ ਕਹਿੰਦੇ ਖੁੱਲ੍ਹ ਨਹੀਂ ਕਹਿ ਸਕਦੇ, ਆਪਾਂ ਆਜ਼ਾਦੀ ਕਹਿ ਸਕਦੇ ਇੱਕ ਦੂਸਰੇ ਨੂੰ ਕਿ ਆਪਾਂ ਇੱਕ ਦੂਸਰੇ ਦੇ ਕੰਮ 'ਚ ਸਪੋਰਟ ਕਰਦੇ ਹਾਂ। ਜੇ ਮੈਂ ਬਿਜ਼ਨਸ ਕਰਦਾ ਜਾਂ ਕੋਈ ਕੰਮ ਕਰਦਾ, ਇਹ ਮੇਰੀ ਸਪੋਰਟ ਕਰੂੰਗੇ, ਠੀਕ ਆ। ਜਿਵੇਂ ਇਹ ਕੰਮ ਕਰਦੇ ਹੁੰਦੇ ਸੀ, ਠੀਕ ਆ, ਮੈਂ ਇਹਨਾਂ ਦੇ ਭਾਂਡੇ ਵੀ ਧੋ ਦੇਣੇ, ਘਰ ਦਾ ਕੰਮ ਕਰ ਦੇਣਾ, ਮੈਂ ਕੱਪੜੇ ਵੀ ਧੋ ਦੇਣੇ, ਠੀਕ ਆ, ਅਤੇ ਸਾਰਾ ਕੰਮ ਵੀ ਇਹਨਾਂ ਨਾਲ ਕਰਾ ਦੇਣਾ। ਲੋਕਾਂ ਨੇ ਬਹੁਤ ਗੱਲਾਂ ਕਰਨੀਆਂ ਵੀ ਇਹ ਤਾਂ ਭਾਂਡੇ ਮਾਂਜਦਾ, ਕੱਪੜੇ ਧੋਂਦਾ ਆ, ਠੀਕ ਆ, ਥੱਲੇ ਲੱਗਾ ਹੋਇਆ ਇਹ ਤੀਵੀਂ ਦੇ ਥੱਲੇ ਲੱਗਾ, ਉਹਦੇ ਭਾਂਡੇ ਮਾਂਜਦਾ, ਕੱਪੜੇ ਵੀ ਧੋਂਦਾ ਆ, ਇਹ ਆਪ ਕੰਮ ਤੀਵੀਂ ਤੋਂ ਕੰਮ ਕਰਾਉਂਦਾ, ਆਪ ਬਹਿ ਕੇ ਘਰ ਦੇ ਕੰਮ ਕਰਦਾ, ਮਤਲਬ ਸਮਝਦੇ ਨਹੀਂ ਹੈਗੇ ਫੇਰ ਕੀ ਹੋਇਆ ਨਾ ਕਿ ਜੇ ਹਾਂਜੀ ਮਿਲ ਜੁਲ ਕੇ ਕੰਮ ਕਰਦੇ ਸਾਡਾ ਘਰ ਚੱਲਦਾ, ਸਾਨੂੰ ਇੰਨਾ ਪਤਾ ਬਸ ਇਹਨਾਂ ਨੇ। ਲੇਕਿਨ ਇਸ ਗੱਲ ਤੋਂ ਕਦੀ ਵੀ ਉਹ ਨਹੀਂ ਕੀਤਾ ਨਾ ਕਿ ਹੋ ਜਾਂਦੇ ਕਿ ਬੁਰਾ ਮੰਨ ਲੈਂਦੇ, ਮੈਂ ਨਹੀਂ ਕਰਨਾ ਤੇਰੇ ਕਰਕੇ, ਮੈਨੂੰ ਇੰਨਾ ਕੁਛ ਸੁਣਨਾ ਪੈਂਦਾ। ਇਹਨਾਂ ਨੇ ਕਦੀ ਆਹ ਵਾਲੀ ਗੱਲ ਮੇਰੇ ਅੱਜ ਤੱਕ ਕੰਨਾਂ ਨਹੀਂ ਕਦੀ ਕੱਢੀ, ਕਦੀ ਮੈਨੂੰ ਬੋਲਿਆ ਨਹੀਂ ਕਿ ਮੈਂ ਤੇਰੇ ਕਰਕੇ ਇੰਨਾ ਕੁਛ ਕੀਤਾ ਆ। ਇਹ ਗੱਲ ਬਹੁਤ ਵਧੀਆ ਲੱਗਦੀ ਮੈਨੂੰ ਇਹਨਾਂ ਦੀ। ਹਾਂ, ਮੈਂ ਤਾਂ ਕਾਫੀ ਜ਼ਿਆਦਾ ਅੱਜ ਤੱਕ ਵੀ ਕਹਿੰਦੇ ਆ, ਮਤਲਬ ਜਿਵੇਂ ਅਸੀਂ ਬਲੌਗ ਬਣਾਉਂਦੇ ਹਾਂ, ਤਾਂ ਬਲੌਗ ਹੁੰਦਾ ਸਾਡਾ, ਅਸੀਂ 30 ਮਿੰਟ ਦਾ ਮੈਕਸੀਮਮ ਸ਼ੂਟ ਕਰਦੇ ਹਾਂ, ਤਾਂ ਉਹ 'ਚ 10 ਮਿੰਟ ਦਾ ਆਪਾਂ ਪਾਉਂਦੇ ਹਾਂ ਬਲੌਗ, ਹੈ ਨਾ, ਅਤੇ ਆਪਾਂ 10 ਮਿੰਟ ਦੀ ਵਿੱਚੋਂ ਹੀ ਲੋਕ ਕੇ ਜੱਜ ਕਰ ਲੈਂਦੇ, ਸਾਰੀ ਦਿਹਾੜੀ ਵਿਹਲਾ ਰਹਿੰਦਾ ਆ, ਹੈਂ, ਇਹ ਤਾਂ ਕੰਮੇ ਨਹੀਂ ਕਰਦਾ ਕੋਈ ਵੀ। ਪੁੱਛਣ ਵਾਲਾ ਹੋਵੇ ਉਹਨਾਂ ਨੂੰ ਵੀ ਮੇਰੇ ਘਰ ਦਾ ਖਾਤਾ ਖਰਚਾ ਕਿੱਥੋਂ ਚੱਲਦਾ, ਮੈਨੂੰ ਹਾਲੇ 6 ਮਹੀਨੇ ਨਹੀਂ ਹੋਏ ਯੂਟਿਊਬ 'ਤੇ ਆਈ ਨੂੰ, ਉਹ ਤੋਂ ਪਹਿਲਾਂ ਮੇਰਾ ਖਰਚਾ ਕਿੱਥੋਂ ਚੱਲਦਾ ਸੀ, ਹੈ ਨਾ। ਅਤੇ ਜੇ ਇੰਸਟਾਗ੍ਰਾਮ 'ਤੇ ਆਪਾਂ ਆਏ ਹਾਂ, ਠੀਕ ਆ, ਅਤੇ ਉਹਨਾਂ ਤਾਂ ਚਲੋ ਬਾਅਦ 'ਚ ਆਈ ਹੈ ਨਾ, ਮੈਂ ਘਰ ਦਾ ਖਰਚਾ ਪਹਿਲਾਂ ਵੀ ਕਰਦਾ ਸੀ, ਹੈ ਨਾ। ਅਤੇ ਲੋਕ ਸੋਚਦੇ ਸੀ ਸ਼ਾਇਦ ਚਲੋ ਸੋਸ਼ਲ ਮੀਡੀਆ ਤੋਂ ਵੀ ਲੋਕਾਂ ਦੀ ਬਹੁਤ ਕਮਾਈ ਹੈਗੀ ਆ, ਬਟ ਮੈਂ ਦੋਨੇ ਚੀਜ਼ਾਂ ਮੈਨੇਜ ਕਰਕੇ ਰੱਖਦਾ, ਮੈਂ ਸੋਸ਼ਲ ਮੀਡੀਆ ਵੀ ਨਾਲ ਉੱਦਾਂ ਵੀ ਆਪਣਾ ਕੰਮ ਵੀ ਮੈਨੇਜ ਕਰਕੇ ਰੱਖਦਾ, ਹੈ ਨਾ। ਮੈਨੂੰ ਦੋਨਾਂ ਚੀਜ਼ਾਂ ਨਾਲ ਪਿਆਰ ਆ, ਮੈਂ ਮੇਰਾ ਪੈਸ਼ਨ ਆ, ਸੋਸ਼ਲ ਮੀਡੀਆ ਮੇਰਾ ਪੈਸ਼ਨ ਆ, ਠੀਕ ਆ, ਅਤੇ ਜੋ ਆਪਣਾ ਕੰਮ ਆ ਮੇਰਾ ਉਹ ਕੰਮ ਆ, ਉਹਦੇ ਨਾਲ ਮੇਰੀ ਗੁਜ਼ਾਰਾ ਹੁੰਦਾ ਆ, ਹੈ ਨਾ, ਠੀਕ ਆ। ਅਤੇ ਬਟ ਕਿਸੇ ਨੂੰ ਕਿਸੇ ਦੇ ਕਿੱਤੇ ਬਾਰੇ ਕਮੈਂਟ ਕਰਨਾ, ਠੀਕ ਆ, ਵੀ ਤੂੰ ਵਿਹਲਾ ਰਹਿੰਦਾ ਆ ਜਾਂ ਕੁਛ ਵੀ ਆ, ਜੱਜ ਕਰਨਾ ਇੱਕ ਮੈਂ ਕਹਿੰਦਾ ਗਲਤ ਚੀਜ਼ ਆ, ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਸਾਨੂੰ, ਕਿਉਂਕਿ ਕਿਸੇ ਦੇ ਹਾਲਾਤ ਦੇਖ ਕੇ ਜੱਜ ਕਰਨਾ, ਕਿਸੇ ਦਾ ਰੰਗ ਰੂਪ ਦੇਖ ਕੇ ਜੱਜ ਕਰਨਾ, ਕਿਸੇ ਦੀ ਜੇਬ ਦੇਖ ਕੇ ਜੱਜ ਕਰਨਾ, ਉਹਨੂੰ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ। ਬੰਦੇ ਨੂੰ ਪਹਿਲਾਂ ਆਪਦੇ ਵੱਲ ਨੂੰ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਮੈਂ ਕਿੰਨਾ ਕੁ ਚੰਗਾ, ਮੈਂ ਕਿੰਨੇ ਕੁ ਚੰਗੇ ਕੰਮ ਕੀਤੇ ਆ, ਮੈਂ ਕਿਸੇ ਦਾ ਕਿੰਨਾ ਕੁ ਭਲਾ ਕੀਤਾ ਹੈ, ਠੀਕ ਆ। ਜਾਂ ਤੁਸੀਂ ਮੈਨੂੰ ਰੋਟੀ ਦੇਣ ਆਉਣੀ ਹੋਵੇ ਮੇਰੇ ਘਰ ਆ ਕੇ, ਹੈ ਨਾ, ਠੀਕ ਆ। ਕਈ ਇਹੋ ਜਿਹਾ ਕਮੈਂਟ ਕਰਦੇ ਆ ਵੀ ਤੂੰ ਇੱਦਾਂ ਆ ਜਾਂ ਉੱਦਾਂ ਆ, ਜਾਂ ਕਈਆਂ ਨੇ ਇੱਦਾਂ ਕਮੈਂਟ ਕਰ ਦਿੰਦੇ ਆ ਵੀ ਜਿਵੇਂ ਸਹੀ 1.5 ਸਾਲ 1.5 ਸਾਲ ਹੋ ਗਿਆ ਵੀ ਮੇਰੇ ਘਰ ਰੋਜ਼ ਰਾਸ਼ਨ ਭੇਜਦੇ ਆ ਮਹੀਨੇ ਦੀ ਮਹੀਨੇ, ਹੈ ਨਾ। ਮਤਲਬ ਇੰਨੇ ਬੰਦਾ ਇੱਕ ਦੇ ਜ਼ੋਰ ਨਾਲ ਬੰਦਾ ਕਮੈਂਟ ਕਰ ਰਿਹਾ ਜਿਵੇਂ ਮੇਰੇ ਘਰ ਰਾਸ਼ਨ ਭੇਜਣ ਡਿਆ ਹੁੰਦਾ ਆ। ਰੰਗ ਦਾ ਭੇਦਭਾਵ ਬਹੁਤ ਕਰਦੇ ਆ ਵੀ ਇਹ ਇੱਦਾਂ ਆ ਤਾਂ ਉੱਦਾਂ ਆ, ਬਹੁਤ ਜ਼ਿਆਦਾ ਮਿਲਿਆ ਜਦੋਂ ਦੇ ਇਹਨਾਂ ਦੇ ਨਾਲ, ਹੈ ਨਾ, ਕਿ ਐਵੇਂ ਗੋਰੀ ਆ ਜਾਂ ਫਿਰ ਇਹਨਾਂ ਦਾ ਰੰਗ ਸਾਵਲਾ ਆ, ਇੱਦਾਂ ਦੀ ਆ, ਇਹ ਬਣ ਠਣ ਕੇ ਨਹੀਂ ਰਹਿੰਦਾ ਜਾਂ ਫਿਰ ਹੋਰ ਇੱਦਾਂ ਦੀਆਂ ਚੀਜ਼ਾਂ, ਬਟ ਇਹ ਦਿਲ ਦੇ ਬਹੁਤ ਚੰਗੇ ਆ। ਮੈਂ ਤੁਹਾਨੂੰ ਦੱਸਿਆ ਰੰਗ ਰੂਪ, ਸਾਰਾ ਕੁਛ ਰੰਗ ਰੂਪ ਹੀ ਨਹੀਂ ਹੁੰਦਾ, ਤੁਸੀਂ ਕਿੰਨਾ ਟਾਈਮ ਰੰਗ ਰੂਪ ਦੇਖ ਦੇਖ ਕੇ ਇੱਕ ਸੋਹਣੀ ਮੂਰਤੀ ਰੱਖ ਲਓ ਉਹਨੂੰ ਸਾਹਮਣੇ, ਦੇਖੀ ਚਲੋ, ਇੱਦਾਂ ਵੀ ਨਹੀਂ ਹੁੰਦਾ ਨਾ। ਦਿਲ ਇੱਕ ਨਾ ਇੱਕ ਦਿਨ ਬੰਦਾ ਅੱਕਦਾ, ਦਿਲ ਚੰਗਾ ਹੋਣਾ ਚਾਹੀਦਾ ਤੁਹਾਡੇ ਵਿੱਚ, ਅੰਡਰਸਟੈਂਡਿੰਗ ਸੁਣੀਆਂ ਚਾਹੀਦੀ ਆ ਬਹੁਤ ਜ਼ਿਆਦਾ, ਇੱਕ ਦੂਜੇ ਨੂੰ
ਗੱਲ। ਚਲੋ ਪਰਮਾਤਮਾ ਨੇ ਕਾਫੀ ਕੁਝ ਸਾਨੂੰ ਦੇ ਵੀ ਦਿੱਤਾ ਆ, ਤੁਸੀਂ ਦੇਖ ਸਕਦੇ ਅੱਜ ਜੋ ਵੀ ਅੱਜ ਦੇ ਟਾਈਮ 'ਚ ਚੀਜ਼ ਪਈ ਹੋਈ ਆ, ਹਰ ਇੱਕ ਚੀਜ਼। ਰੀਸੈਂਟਲੀ ਇੱਕ ਆਪਾਂ ਵਾਸ਼ਿੰਗ ਮਸ਼ੀਨ ਪਰਚੇਸ ਕਰੀ ਆ, ਇਹ ਇਹਨਾਂ ਦੀ ਪਸੰਦ ਦੀ ਸੀਗੀ, ਹੈ ਨਾ। ਇਹ ਕਹਿੰਦੇ ਸੀ ਕਿ ਮੈਂ ਦੂਸਰੀ ਨਹੀਂ ਲੈਣੀ, ਜਿਹੜੀ ਉੱਪਰ ਹੁੰਦੀ ਹੈ ਨਾ, ਟੋਪ ਲੋਡਿੰਗ ਹੁੰਦੀ ਹੈ ਨਾ, ਉਹ ਨਹੀਂ ਲੈਣੀ, ਸੈਮੀ ਉਹ ਜਿਹੜੀ ਆਟੋਮੈਟਿਕ ਆ ਦੂਜੀ, ਮੈਂ ਇਹੀ ਲੈ ਕੇ ਆਉਣੀ ਹੈ, ਚਾਹੇ ਜਿੰਨੀ ਮਰਜ਼ੀ ਮਹਿੰਗੀ ਹੋਵੇ, ਮੈਨੂੰ ਇਹੀ ਚਾਹੀਦੀ ਆ। ਦੋ ਤਿੰਨ ਸਾਲ, ਦੋ ਢਾਈ ਸਾਲ ਹੋ ਗਏ ਸਾਡੇ ਵਿਆਹ ਨੂੰ, ਇਹੀ ਮੰਗਦੇ ਸ਼ੁਰੂ ਤੋਂ ਮੇਰੇ ਤੋਂ। ਇਹਨਾਂ ਦੀ ਇਹ ਸ਼ੌਂਕ ਇੱਦਾਂ ਦੇ ਆ ਕੁਛ ਕਿ ਮਹਿੰਗੇ ਆ, ਮਤਲਬ ਕਿ ਕਹਿੰਦੇ ਕਿ ਖਰਚੀਲੀ ਆ ਕੁੜੀ ਇਹ। ਅਤੇ ਬਟ ਮੇਰਾ ਇਹ ਵੀ ਰਿਹਾ ਕਿ ਜਦੋਂ, ਚਲੋ ਪਰਮਾਤਮਾ ਨੇ ਮਿਹਰ ਕੀਤੀ, ਚਾਰ ਪੈਸੇ ਜਦੋਂ ਆਏ ਕੋਲ, ਇਹਨਾਂ ਨੇ ਜਿਹੜੀ ਚੀਜ਼ 'ਤੇ ਉਂਗਲ ਰੱਖੀ ਮੈਂ ਕਦੀ ਨਾਂਹ ਨਹੀਂ ਕੀਤੀ ਇਹਨੂੰ ਅੱਜ ਤੱਕ, ਕਦੀ ਵੀ ਨਹੀਂ। ਕੋਈ ਵੀ ਚੀਜ਼ 'ਤੇ ਹੱਥ ਰੱਖੇ ਲੈ ਲਓ, ਮੈਂ ਇਸ ਤੋਂ ਇਲਾਵਾ ਕਦੀ ਕੁਛ ਹੋਰ ਬੋਲਿਆ ਨਹੀਂ। ਲੈ ਲਓ, ਇਹ ਕਹੂੰਗੇ ਹਾਏ ਮਹਿੰਗੀ ਹੈ, ਮੈਂ ਕਿਹਾ ਤੂੰ ਟੈਨਸ਼ਨ ਕਾਹਦੀ ਲੈਂਦੀ, ਚੁੱਪ ਕਰਕੇ ਲੈ ਲਓ ਚੀਜ਼। ਇੱਕ ਲਾਸਟ ਕੁਸ਼ਚਨ, ਤੁਸੀਂ ਦੋਨਾਂ ਨੇ ਟੈਟੂ ਬਣਵਾਏ ਹੋਏ ਆ, ਹੈ ਨਾ, ਟਰੱਸਟ ਨੋ ਵਨ ਅਤੇ ਫਰੀ, ਕੀ ਮੀਨਿੰਗ ਹੈ ਇਹਨਾਂ ਦਾ? ਟਰੱਸਟ ਨੋ ਵਨ, ਇਸਦਾ ਮਤਲਬ ਕਿ ਆਪਾਂ ਕਿਸੇ ਦੀ ਯਕੀਨ ਨਾ ਕਰੋ। ਅਤੇ ਇਹ ਜੋ ਟੈਟੂ ਆ, ਸ਼ਾਇਦ ਇੱਥੋਂ ਦੇਖੋ ਉਹਨਾਂ ਨੇ ਕਲੋਜ਼ ਅਪ ਸ਼ੋਟ ਇੱਕ ਖਿੱਚ ਕੇ ਪਾਉਣੀ ਪੈਣੀ ਸ਼ਾਇਦ ਫੋਟੋ, ਮੈਂ ਪਾਈ ਵੀ ਸੀ ਯੂਟਿਊਬ 'ਤੇ ਆਪਣੇ 'ਤੇ, ਕਿ ਇੱਕ ਪਾਸੇ ਹੱਥ ਹੈ, ਹਿਊਮਨ ਹੈਂਡ ਆ, ਅਤੇ ਇਹ ਵੀ ਹਿਊਮਨ ਹੈਂਡ ਆ, ਬਟ ਉਹ ਬੰਦਾ ਸੱਪ ਬਣ ਕੇ ਮੋਹਰੋਂ ਡੱਸ ਰਿਹਾ ਉਹਨੂੰ, ਠੀਕ ਆ। ਕਹਿਣ ਦਾ ਮਤਲਬ ਕਿ ਆਪਾਂ ਜਿਸ ਦੇ ਨਾਲ ਵੀ ਹੱਥ ਮਿਲਾਵਾਂਗੇ, ਠੀਕ ਆ, ਮੋਸਟਲੀ ਲੋਕ ਸਾਨੂੰ ਸੱਪ ਬਣ ਕੇ ਡੱਸਦੇ ਆ ਮੋਹਰਿਓ, ਠੀਕ ਆ। ਸੋ ਅੱਖਾਂ ਬੰਦ ਕਰਕੇ ਕਿਸੇ 'ਤੇ ਯਕੀਨ ਨਾ ਕਰੋ, ਮੈਂ ਕਹਾਂਗਾ ਕਿਸੇ 'ਤੇ ਵੀ ਯਕੀਨ ਨਾ ਕਰੋ, ਕੁਛ ਵੀ ਕਰੋ ਸੋਚ ਸਮਝ ਕੇ ਕਰੋ, ਕਿਉਂਕਿ ਮੈਂ ਜਿੰਨੇ ਧੋਖੇ ਖਾਧੇ ਆ, ਕਿੰਨੇ ਕੁ ਲੋਕਾਂ ਨਾਲ ਮੈਂ ਅੱਜ ਤੱਕ ਬੈਠਿਆ ਹਾਂ, ਅਤੇ ਉਹ ਲੋਕ ਮੇਰੇ ਨਾਲ ਅੱਜ ਹੈ ਨਹੀਂ ਜ਼ਿੰਦਗੀ ਦੇ ਵਿੱਚ, ਨਾਮੋ ਨਿਸ਼ਾਨ ਹੀ ਹੈ ਨਹੀਂ ਉਹਨਾਂ ਲੋਕਾਂ ਦਾ ਮੇਰੀ ਜ਼ਿੰਦਗੀ ਦੇ ਵਿੱਚ, ਜਿਨ੍ਹਾਂ ਤੋਂ ਮੈਂ ਜਾਣ ਤੱਕ ਵਾਰੀ ਹੋਈ ਆ ਆਪਣੀ। ਕਹਿੰਦੇ ਕਿ ਟੀਨੇਜਰ ਦੀ ਗੱਲ ਕਰੀਏ ਜਾਂ ਕੁਛ ਵੀ ਆ, ਜਾਂ ਕੁਛ ਆਪਣੇ ਉੱਦਾਂ ਰਿਸ਼ਤੇ ਆ ਜਿਹੜੇ ਖੂਨ ਦੇ ਰਿਸ਼ਤੇ ਆ, ਮੈਂ ਬਹੁਤ ਲੋਕ ਛੱਡੇ ਹੋਏ ਆਪਣੀ ਜ਼ਿੰਦਗੀ ਦੇ ਵਿੱਚ, ਜਿਨ੍ਹਾਂ ਨਾਲ ਮੈਂ ਬਹਿਣਦਾ ਰਿਹਾ, ਖਾਂਦਾ ਰਿਹਾ, ਪੀਂਦਾ ਰਿਹਾ, ਉੱਠਦਾ ਰਿਹਾ, ਮਤਲਬ ਜਿਨ੍ਹਾਂ ਦੇ ਘਰ ਵੀ ਰਿਹਾ, ਮੈਂ ਰੋਟੀ ਖਾਂਦਾ ਰਿਹਾ, ਮੈਂ ਉਹ ਲੋਕ ਵੀ ਛੱਡ ਦਿੱਤੇ ਹੋਏ ਆ ਅੱਜ ਦੇ ਟਾਈਮ 'ਚ, ਕਿਉਂਕਿ ਮੇਰੇ ਨਾਲ ਜੋ ਉਹਨਾਂ ਨੇ ਕੀਤਾ ਕੁਛ ਕੁ, ਤੁਹਾਨੂੰ ਦੱਸਿਆ ਨਾ ਜਿਵੇਂ ਕਿ ਕੁਛ ਕੁ ਲੋਕ ਦੇਖ ਕੇ ਜਰਦੇ ਨਹੀਂ ਕਿਸੇ ਨੂੰ, ਹੈ ਨਾ। ਅਤੇ ਬੜੇ ਲੋਕਾਂ ਨੇ ਮੇਰੇ ਬਾਰੇ ਗੱਲਾਂ ਵੀ ਕੀਤੀਆਂ, ਇਹ ਤਾਂ ਬਲੈਕ ਕਰਦਾ, ਜਦੋਂ ਗਰੀਬ ਸੀਗਾ ਉਦੋਂ ਕਹਿੰਦੇ ਹਾਏ 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 ਗਰੀਬ ਦੇ ਘਰ ਆ ਗਈ, ਇੱਦਾਂ ਆ ਗਈ, ਕਿਵੇਂ ਰੱਖ ਦੂੰਗਾ ਇਹਨੂੰ, ਕਿਵੇਂ ਪਾਲੂੰਗਾ, ਹੈ ਨਾ, ਠੀਕ ਆ, ਇੰਨੀ ਸੋਹਣੀ ਸੁਨੱਖੀ ਕੁੜੀ ਆ ਜਾਂ ਕਿੱਦਾਂ ਆ, ਹੈ ਨਾ। ਵੀ ਹੁਣ ਜਦੋਂ ਚਾਰ ਪੈਸੇ ਆਏ ਉਦੋਂ ਵੀ ਲੋਕ ਗੱਲਾਂ ਕਰਦੇ, ਇਹ ਤਾਂ ਬਲੈਕ ਕਰਦਾ ਆ, ਠੀਕ ਆ, ਇਹ ਤਾਂ ਚਿੱਟਾ ਭੇਜਦਾ। ਕਈਆਂ ਨੇ ਇਹ ਵੀ ਸਿੱਧਾ ਕਿਹਾ, ਸ਼ਰੇਆਮ ਲੋਕਾਂ ਨੇ, ਕਈਆਂ ਨੇ ਕਮੈਂਟ ਕਰਕੇ ਇਹਦਾ ਚਿੱਟਾ ਭੇਜਦਾ, ਉਹੀ ਮਤਲਬ ਬਿਨਾਂ ਗੱਲੋਂ ਹੀ, ਕੋਈ ਕੋਈ ਮਤਲਬ ਇਸ ਚੀਜ਼ ਦੇ ਪਿੱਛੇ ਤੁੱਕ ਨਹੀਂ ਬਣਦੀ, ਕੁਛ ਨਹੀਂ ਬਣਦੀ, ਬਿਨਾਂ ਗੱਲੋਂ, ਮਤਲਬ ਕੋਈ ਨਾ ਕੋਈ ਸਾਡੇ ਕੁਛ ਕੁ ਹੈਗੇ ਆ, ਮਤਲਬ ਜਾਣ ਪਛਾਣ ਵਾਲੇ ਆਪਣੇ ਹੀ ਹੁੰਦੇ ਆ, ਜਿਹੜੇ ਚਾਹੁੰਦੇ ਆ ਕਿ ਬੰਦਾ ਸੈੱਟ ਦੇਵੇ। ਜਿੱਥੇ 150-200 ਕਮੈਂਟ ਆ ਰਿਹਾ, ਤੁਹਾਡੇ ਇੱਕ ਕਮੈਂਟ ਨੂੰ ਕਿਸੇ ਨੇ ਕੀ ਦੇਖ ਲੈਣਾ, ਹੈ ਨਾ, ਮਤਲਬ ਕੀ ਆ, ਤੁਹਾਡੇ ਕੋਲ ਕੋਈ ਪਰੂਫ ਨਹੀਂ ਹੈਗਾ ਇਸ ਚੀਜ਼ ਦਾ ਜਾਂ ਕੁਛ ਵੀ ਹੈਗਾ, ਹੈ ਨਾ। ਫਿਰ ਵੀ ਲੋਕ ਮਤਲਬ ਕਹਿੰਦੇ ਆ ਕਿ ਲੋਕਾਂ ਨੇ ਗੱਲਾਂ ਕਰਨ ਨੂੰ ਨਹੀਂ ਹਟਣਾ, ਤੁਸੀਂ ਜੋ ਮਰਜ਼ੀ ਕਰ ਲਓ, ਲੋਕਾਂ ਨੇ ਕੁਛ ਨਾ ਕੁਛ ਕਹੀ ਜਾਣਾ, ਤਾਂ ਜੋ ਸਾਡੇ ਵਾਲੇ ਤੁਹਾਨੂੰ ਦੇਖ ਕੇ ਖੁਸ਼ ਹੋਣ ਵਾਲੇ ਦੁਨੀਆਂ 'ਤੇ ਹੁੰਦੇ ਹੀ ਆ। ਇਸ ਕਰਕੇ ਮੈਂ ਟੈਟੂ ਬਣਵਾਇਆ ਹੋਇਆ ਵੀ ਕਿਸੇ 'ਤੇ ਯਕੀਨ ਨਾ ਕਰੋ, ਕਿਸੇ 'ਤੇ ਵੀ, ਕਿਉਂਕਿ ਬਹੁਤ ਧੋਖੇ ਖਾਧੇ ਹੋਏ ਮੈਂ ਜ਼ਿੰਦਗੀ ਦੇ ਵਿੱਚ ਬਹੁਤ। ਅਤੇ ਇਹਨਾਂ ਟੈਟੂ ਦੀ ਗੱਲ ਕੀਤੀ ਜਾਵੇ, ਮੇਰਾ ਟੈਟੂ ਵੈਸੇ ਇਹਨਾਂ ਨੇ ਬਣਵਾਇਆ ਸੀ। ਫਰੀ ਕਿਹੜਾ, ਮਤਲਬ ਬਿਲਕੁਲ ਆਜ਼ਾਦੀ ਵਾਲਾ ਕਿ ਇਹ ਫਰੀ, ਕੰਮ ਤੋਂ ਫਰੀ, ਸਾਰੇ ਕੰਮ ਇਹ ਕਰਨਗੇ, ਇਹ ਦੋਵੇਂ ਸਮਝ ਲਓ ਕੁਛ ਵੀ ਨਹੀਂ ਫਰੀ ਤਾਂ, ਕਿਉਂਕਿ ਮੇਰਾ ਨੇਚਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਫਰੀ ਜੋ ਰਹਿਣਾ, ਇਹਨਾਂ ਨੇ ਕਦੀ ਰੋਕ ਟੋਕ ਨਹੀਂ ਲਗਾਈ, ਇਹ ਨਹੀਂ ਕਿ ਉਹ ਵਾਲਾ ਫਰੀ ਹੈ ਇਹ। ਵੈਸੇ ਮੈਨੂੰ ਟੈਟੂ ਦਾ ਸ਼ੌਂਕ ਨਹੀਂ ਸੀ, ਵੈਸੇ ਮੈਂ ਬਣਵਾਉਣਾ ਚਾਹੁੰਦੀ ਸੀ, ਲੇਕਿਨ ਕੋਈ ਮੀਨਿੰਗਫੁੱਲ ਟੈਟੂ ਹੋਵੇ, ਹੈ ਨਾ। ਫਿਰ ਮੈਂ ਇਹ ਬਣਾਇਆ ਸੀ ਫਰੀਡਮ ਵਾਲਾ ਟੈਟੂ, ਕਿ ਜਿੱਦਾਂ ਦਾ ਮੈਂ ਹੈਗੀ ਹਾਂ, ਜੋ ਮੇਰਾ ਨੇਚਰ ਹੈਗਾ, ਮੈਂ ਵੈਸੇ ਬਹੁਤ ਖੁਸ਼ ਰਹਿਣ ਦੀ, ਤਾਂ ਮੇਰਾ ਸੁਭਾਅ ਥੋੜ੍ਹਾ ਜਿਹਾ ਇੱਦਾਂ ਕਿ ਹੱਸਦੀ ਖੇਲਦੀ, ਬਟ ਮੇਰੇ ਅੰਦਰ ਬਹੁਤ ਵਾਰੀ ਬਹੁਤ ਕੁਛ ਚੱਲਦਾ ਹੁੰਦਾ, ਕਈ ਵਾਰੀ ਨਾ ਮੈਂ ਰੋ ਬਹੁਤ ਛੇਤੀ ਕਰਦੀ ਹਾਂ, ਮੈਨੂੰ ਛੋਟੀ ਜਿਹੀ ਕੋਈ ਗੱਲ ਕਹਿ ਦੇਵੇ ਮੈਂ ਉਦੋਂ ਰੋ ਪਾਵਾਂ, ਮੇਰੇ ਕੋਲ ਬੋਲ ਨਹੀਂ ਜ਼ਿਆਦਾ ਹੁੰਦਾ। ਔਰ ਇੱਕ ਮੇਰੇ ਮੈਨੂੰ ਫਰੀ ਰਹਿਣਾ ਬਹੁਤ ਪਸੰਦ ਆ, ਕਿ ਮੈਨੂੰ ਮਤਲਬ ਮੈਨੂੰ ਕੋਈ ਰੋਕ ਟੋਕ ਨਾ ਲਾਵੇ, ਜੋ ਮੈਂ ਕਰਨਾ ਚਾਹੁੰਦੀ ਕੰਮ, ਮਤਲਬ ਸਾਰਾ ਕੁਛ ਉੱਦਾਂ ਹੀ ਹੋਵੇ ਜਿੱਦਾਂ ਮੈਂ ਚਾਹੁੰਦੀ ਉਵੇਂ ਹੀ ਹੋਵੇ। ਅਤੇ ਇਸ ਗੱਲ ਤੋਂ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਇਹ ਹਮੇਸ਼ਾ ਇਹਨਾਂ ਨੇ ਮੇਰਾ ਸਾਥ ਦਿੱਤਾ, ਜੋ ਵੀ ਮੈਂ ਅੱਜ ਤੱਕ ਜ਼ਿੰਦਗੀ 'ਚ ਕਰਨਾ ਚਾਹੁੰਦੀ ਹਾਂ, ਚਾਹੁੰਦੀ ਸੀ, ਉਹਦੇ ਵਿੱਚ ਮੇਰਾ ਸਾਥ ਦਿੱਤਾ, ਜੋ ਮੇਰਾ ਪ੍ਰੋਫੈਸ਼ਨ ਸੀ, ਮੈਂ ਯੂਟਿਊਬ 'ਤੇ ਆਉਣਾ ਚਾਹੁੰਦੀ ਸੀ, ਇੰਸਟਾਗ੍ਰਾਮ 'ਤੇ ਆਉਣਾ ਚਾਹੁੰਦੀ ਸੀ, ਅੱਗੇ ਜਾ ਕੇ ਹੋਰ ਯੂਟਿਊਬ ਤਾਂ ਮੈਨੂੰ ਹਾਂ ਕੁਛ ਪਤਾ ਨਹੀਂ ਸੀ, ਇੰਸਟਾਗ੍ਰਾਮ 'ਤੇ ਮਤਲਬ ਕੁਛ ਵੀ ਆ, ਫੇਮਸ ਹੋਣਾ ਚਾਹੁੰਦੀ ਸੀ ਕਿ ਮੈਨੂੰ ਲੋਕ ਜਾਣਨ, ਅਤੇ ਫਿਰ ਉਹਨਾਂ ਨੇ ਹਮੇਸ਼ਾ ਇਹਨਾਂ ਨੇ ਮੇਰੀ ਕਾਫੀ ਜ਼ਿਆਦਾ ਸਪੋਰਟ ਕੀਤੀ ਆ, ਤਾਂ ਕਰਕੇ ਮੇਰੇ ਲਈ ਕਾਫੀ ਲੱਕੀ ਆਏ ਕਿ ਮੇਰੀ ਜ਼ਿੰਦਗੀ 'ਚ ਆਏ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ ਅਤੇ ਟਾਈਮ ਦਿੱਤਾ ਸਾਨੂੰ, ਨਵਾਂ ਮਹਿਮਾਨ ਵੀ ਆਉਣ ਵਾਲਾ, ਉਹਦੇ ਲਈ ਵੀ ਤੁਹਾਨੂੰ ਮੁਬਾਰਕਾਂ, ਹੈਲਦੀ ਵੈਲਦੀ ਆਵੇ, ਜਲਦੀ ਆਵੇ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰ। ਥੈਂਕ ਯੂ ਜੀ, ਤਾਂ ਥੋੜ੍ਹੇ ਦਿਨ ਹੀ ਰਹਿ ਗਏ ਬਸ, ਮਤਲਬ ਪਰਮਾਤਮਾ ਨੇ ਸਾਡੇ ਢੋਲੀ ਬਹੁਤ ਖੁਸ਼ੀਆਂ ਪਾਈਆਂ, ਬਹੁਤ ਕੁਛ ਦਿੱਤਾ,
तो सब तो वड्डी खुशी भी साडी जिंदगी दे विच हुण आउण वाली है, जिन्हें सानू सारी जिंदगी मतलब साडा चलो अंडरसटैंडिंग ही है जिन्हें सानू अज तक बना के रखिया, एक होर रीज़न आ जाना जिन्हें सानू सारी जिंदगी साडी जोड़ के रखना दोनों नू। तो परमात्मा करे साडी जोड़ी हमेशा ही इदां ही बनी रहे। तो ये जिद्दी बहुत आ, कोई चक्कर नहीं, मैं हैगा इहदी जिद्दां पगाउण नू बैठा। थैंक यू सो मच। तो तुहाडा नेचर सच्ची बहुत ज़्यादा प्यारा है, मैं बेच ही बोलना चाहती हाँ, क्योंकि मैं साडा फर्स्ट इंटरव्यू आपां कदी कीता नहीं सी, लेकिन मैनूं बहुत ज़्यादा पहले डर लगता पिया सी किद्दां कोई आऊगा, किद्दां कोई गलबात करूगा। मैं बहुत थोड़ी जी शाई जी हाँ, मतलब मैनूं डर बहुत लगता किसी तो ना, घबराउंदी बहुत छेती हाँ, तां करके मैं कि नहीं, तुसीं पहला जदों पूछा सी मैं कि नहीं नहीं, लेकिन तुहाडा नेचर बहुत वधिया, गल करके बहुत वधिया लगा। तो जो भी आ बस ठीक ठाक होवे, बेबी हैल्दी होवे, कुड़ी होवे, मुंडा होवे, सानूं तो कुछ नहीं चाहिए, बस यही है कि ठीक ठाक हो, मैं भी ठीक हो जावा, ठीक ठाक रहा, तो मेरा बेबी भी ठीक ठाक हो। बहुत बहुत साड़ियाँ दुआवां तुहाडे नाल, धन्यवाद बहुत बहुत। सो जी ये साढ़े नाल सैम ते फियोना, इन्हां दी जिंदगी बारे गलबात असी कीती है, किन्ना संघर्ष सैम ने अपनी जिंदगी दे विच कीता ते किन्ना साथ फियोना ने सैम दा दिता। इंटरव्यू चंगी लगी, शेयर जरूर कर दिओ, मैनूं दिओ इजाजत, सत श्री अकाल।